स्वागत है। मैं थोड़ा मेजबान हरजीत सिंह गिल। 12:35 हुए ने 2 जून का दिन है। बड़ा 2021 का बुधवार है। 20 जेठ नानक से समत 553 निघा हार्दिक स्वागत है जी। अज की लोक सभा के विच अहम घटनावां गल्लां बातां की संगीत बल्कि 20वीं सदी की सिख राजनीति के आखिरी पड़ा दे विच आपां अज बुधवार का दिन है। कहानी तुहानू सुणा कहानी नहीं सुनाउणी अज डेढ़ घंटे का जिहड़ा अज कल ते परसों शुक्रवार तक सारे जिहड़े प्रोग्राम ने तीसरे घल्लूघारे नूं समर्पित ने। 20वीं सदी की सिख राजनीति दे नाल आखरी जिहड़े जिन्ना क मैं कवर करांगा ते उस तों बाद कल तों कल दा दिन 3 दा ते 4 दा वीरवार ते शुक्रवार दा ते 5 ते 6 दी गल 7 नूं सोमवार नूं आ के समअप करांगे। अज मैं कोशिश करांगा इस नूं जिहड़े आपां गल्लबात शुरू कीती है उस नूं जून दे पहले हफ्ते 84 तक लैके आवां। मोर्चा संयुक्त हो गया 82 दे आखरी ਦਿਨਾਂ ਤੱਕ ਤੇ ਫਿਰ ਏਸ਼ੀਅਰ 1982 ਤੇ ਪਿਛਲੇ 20-25 ਮਿੰਟ ਮੈਂ ਚਾਹੁੰਦਾ ਫਿਰ ਅੱਜ ਸਾਰੇ ਜਿੰਨੇ ਵੀ ਆਪਾਂ 20ਵੀਂ ਸਦੀ ਸਿੱਖ ਰਾਜਨੀਤੀ ਵਿਚਾਰੀ ਆ ਉਹ ਤੇ ਤੁਸੀਂ ਸ਼ਾਮਲ ਹੋਵੋ ਤੇ ਕੱਲ ਨੂੰ ਫਿਰ ਆਪਾਂ 2 ਦਿਨ ਪਹਿਲਿਆਂ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗਾ ਪੰਜਾਬ ਤੋਂ ਸ਼ੇਰੇ ਪੰਜਾਬ ਤੇ ਕੁਛ ਜਿਹੜੇ ਇਤਿਹਾਸਕਾਰ ਲੈ ਕੇ ਆਵਾਂ ਕਿਉਂਕਿ ਬਸ ਆਹ ਟਾਈਮ ਨੂੰ ਫਿਰ ਅੱਧੀ ਰਾਤ ਹੋ ਜਾਂਦੀ ਹੈ। ਅੱਜ ਇਸ ਵਾਰ ਆਪਾਂ ਇਹਨੂੰ ਇੱਕ ਅਲੱਗ ਪ੍ਰਪੇਖ ਤੋਂ ਇਸ ਨੂੰ ਵੇਖਣ ਦਾ ਯਤਨ ਕਰ ਰਹੇ ਹਾਂ। ਚੀਜ਼ਾਂ ਬਹੁਤ ਕਲੀਅਰ ਹੋ ਗਈਆਂ ਪਿਛਲੇ 5-4 ਸਾਲਾਂ ਦੇ ਵਿੱਚ। ਯੂਟਿਊਬ ਦੀਆਂ ਵੀਡੀਓਜ਼ ਲਿਖਤਾਂ ਨੇ ਬਹੁਤ ਗੱਲਾਂ ਸਹੀ ਕਰ ਜਿਹੜੀ ਨਾ ਹਜ਼ੂਰ ਲੱਗਿਆ ਹੋਇਆ ਜਦ ਵੀ ਉਸ ਸਮੇਂ ਵੀ ਜਿਹੜਾ ਇਤਿਹਾਸਕ ਮੋੜ ਅਖੀਰਲੇ ਦਿਨਾਂ 'ਚ 16 ਦੀ ਪਿੱਠ ਘੁਮਾਉਣ ਤੋਂ ਬਾਅਦ ਪੈਟਰੀਏਟ ਤੇ ਹਿੰਦੁਸਤਾਨ ਟਾਈਮਜ਼ ਇੰਡੀਅਨ ਐਕਸਪ੍ਰੈਸ ਬੁਲੇਟਿਨ ਗਿਰੀਲਾਲ ਜੈਨ ਹੋਣੀ ਪ੍ਰਭੂ ਚਾਵਲਾ ਤੇ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਜਿਹੜਾ ਸ਼ੇਖਰ ਗੁਪਤਾ ਉਹਨਾਂ ਨੇ ਪੂਰਾ ਜ਼ੋਰ ਠੋਕ ਕੇ ਲਾਇਆ ਸੀ ਜਦ ਵੀ ਨਾ 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 ਇਹ ਤਾਂ ਪਹਾੜੇ ਦੇ ਕਾਤਲ ਨੇ ਸਿਰ ਫਿਰੇ ਨੇ ਤੇ ਉਹ ਇੱਕ ਪੰਜਾਬ ਦੀ ਸਮੱਸਿਆ ਨੂੰ ਰਾਜਨੀਤਿਕ ਇੱਕ ਇਸ਼ੂ ਨੂੰ ਦੇਸ਼ ਦੀ ਅਖੰਡਤਾ ਦੇ ਬਰਾਬਰ ਲਿਆ ਤਾਂ ਹੁਣ ਵੀ ਇੱਥੇ ਤੁਹਾਡੇ ਆਲੇ ਦੁਆਲੇ ਵੀ ਚੱਲੂਗਾ ਪੂਰਾ ਜ਼ੋਰ ਲੱਗੂਗਾ। ਆਪਣੀ ਆਪਣੀ ਵਾਰੀ ਹੈ ਆਪਣੀ ਆਪਣੀ ਅਜ਼ਮਤ ਹੈ ਆਪਣੇ ਆਪਣੇ ਹਿੱਸੇ ਜਿਹੜਾ ਝੋਲੇ ਚ ਪਿਆ ਕਰਨਾ ਤੇ ਉਹ ਕਰਨਾ ਬਸ ਉਹ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਉਸਦਾ ਮੁਲਾਂਕਣ ਕਰਨਾ ਵੀ ਕਿਹੜੀ ਗੱਲ ਠੀਕ ਹੈ ਕਿਹੜੀ ਨਹੀਂ। ਇਹ ਨੀ ਹੈ ਕਿ ਸਾਰੇ ਇੱਕ ਸੁਰ ਚ ਸੋਚਦੇ ਆ ਵਿਰੋਧ ਵਾਲੇ ਵੀ ਜਿਹੜੇ ਇਸ ਨੂੰ ਵਾਜਬ ਤਾਂ ਠਹਿਰਾ ਨਹੀਂ ਸਕਦੇ ਇਸ ਨੂੰ ਓਪਨਲੀ ਵਾਜਬ ਠਹਿਰਾਉਣਾ ਬਹੁਤ ਔਖਾ ਤੇ ਕਿਉਂਕਿ ਫਿਰ ਸ਼ਿੱਦਤ ਨੀ ਚੱਲ ਹੋਣੀ ਫੇਸਬੁੱਕ ਤੇ ਤੇ ਫਿਰ ਮਿੰਨਤਾਂ ਹੋਣੀਆਂ ਨੇ ਸਿੱਧੇ ਫੋਨ ਕਰਕੇ ਯਾਰ ਐ ਨਾ ਕਰੋ ਐ ਨਾ ਕਰੋ। ਪਰ ਜਿਹੜਾ ਰੱਸਾ ਚੱਬਣ ਦੀ ਆਦਤ ਹੈ ਉਹ ਵੀ ਸਵਾਦ ਜਿਹੜਾ ਆਉਂਦਾ ਛੇੜ ਕੇ ਪੁਸ਼ਾਕਿਆਂ ਨੇ ਡਿਊਟੀਆਂ ਲਾਈਆਂ ਹੁੰਦੀਆਂ ਨੇ ਉਹ ਵੀ ਕਰਨਾ ਬਹੁਤ ਕੁਝ ਹੈ ਕਿਉਂਕਿ ਜਦ ਇਸੇ ਸਮੇਂ ਹੁਣ ਪਤਾ ਲੱਗਣਾ ਵੀ ਕਿਤੇ ਖੜੇ ਆ ਤੇ ਕਈਆਂ ਨੇ ਪੰਜਾਬੀਆਂ ਲਈ ਹੂੰ ਤੇ ਆ ਜਾਣਾ ਵੀ ਨਾ ਇਹਦੇ ਹੱਕ ਚ ਨਾ ਇਹਦੇ ਅਗੇਂਸਟ ਚੁੱਪੇ ਕਰ ਜਾਓ ਬਸ ਠੰਡਾ ਹੀ ਕਰ ਦੋ ਕੰਮ ਪੂਰਾ। ਇੱਕ ਅੱਧੇ ਦਿਨ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਹੋ ਗਿਆ ਉਹ ਹੋ ਗਿਆ ਪੱਕੇ ਬਣੇ ਬਣਾਏ ਸ਼ਬਦ ਨੇ ਤੇ ਲਾ ਕੇ 1.5 ਮਿੰਟ ਉਹ ਵੀ ਚੰਗੇ ਸੀ ਆਹ ਵੀ ਚੰਗੇ ਸੀ ਮੈਂ ਵੀ ਚੰਗਾ ਤੇ ਤੂੰ ਠੀਕ ਆ ਬਸ ਉਹਦੇ ਚ ਮੈਂ ਤਾਂ ਇਹ ਗੱਲ ਕਰਕੇ ਕਹਿੰਦਾ ਵੀ ਜੇ ਵਿਰੋਧ ਚ ਆ ਨਾ ਠੋਕ ਕੇ ਵਿਰੋਧ ਚ ਆਓ ਬਰਾਬਰ ਆ ਕੇ ਕਹੋ ਵੀ ਨਹੀਂ ਇਹ ਠੀਕ ਸੀ ਵਧੀਆ ਕੀਤਾ ਉੱਥੇ ਬੰਦੇ ਇਕੱਠੇ ਹੋ ਗਏ ਹਥਿਆਰ ਲੈ ਕੇ ਚਲੇ ਗਏ ਆ ਫੇਸਬੁੱਕ ਤੇ ਲਿਖਦੇ ਹੀ ਅਪਗ੍ਰੇਡ ਕਈ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਕਿਤੇ ਕਥਾ ਕੀਤੀ ਬਜਿੱਤਰ ਸਿੰਘ ਦੀ ਨਾਗਣੀ ਦੀ ਬਜਿੱਤਰ ਸਿੰਘ ਦੀ ਤੇ ਹਾਥੀ ਦੀ ਨਾਲ ਲੜਾਈ ਹੁਣ ਇੱਥੇ ਵੀ ਹੱਸਦੇ ਹੀ ਨੇ ਕਈ ਬੰਦਾ ਕਿੱਥੇ ਤੇ ਹਾਥੀ ਕਿੱਥੇ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪੁੱਤ ਦੀ ਆਪਣੇ ਅਸੀਂ ਆਪਣੇ ਹੱਡ ਮਾਸ ਦੇ ਨਾਲ ਗੰਦ ਦੇ ਪੁਤਲੇ ਦੇ ਨਾਲ ਤਸ਼ਵੀਰਾਂ ਦਿੰਦੇ ਨੇ ਸੜਿਹਾਨ ਮਾਰਦੀ ਹੈ ਤੇ ਇੱਕ ਅਪਗ੍ਰੇਡ ਜਾ ਕੇ ਕਹਿੰਦਾ ਸੰਤਾਂ ਨੂੰ ਹਾਥੀ ਕਿੱਥੇ ਤੇ ਬਜਿੱਤਰ ਸਿੰਘ ਬੰਦਾ ਕਿੱਥੇ। ਸੰਤ ਜੀ ਕਹਿੰਦੇ ਸਿੰਘਾ ਮੈਂ ਤੇਰੀ ਕਥਾ ਨਹੀਂ ਕੀਤੀ ਮੈਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਦੀ ਕਥਾ ਕੀਤੀ ਹੈ ਜਿਹਦੇ ਮੋਢੇ ਤੇ ਦਸਮ ਪਿਤਾ ਨੇ ਹੱਥ ਰੱਖੇ। 1844-247-1550 ਆਉਂਦੇ ਆ ਨੰਬਰ ਰਹੇ ਲੋੜ ਵਕਤ ਦੀ ਮਹਾਂ ਪਕੜ ਹੱਥਾਂ ਦੀ
पौड़ घोड़े दा काट नागनी दी ओट पातशाह दी जोर कुदरत दा जदों इक्को दिशा वल सुरबत हो जांदे आ ना फिर लोहगढ़ किले दियां बरूहां होण जां फिर अकाल दा तख्त होवे फिर अजब कौतक दे दीदार हुंदे आ। कुछ भी कह लीए कोई भी ना देइए इस घटना नूं पर सच है कि सरलत सिरियां उत्ते इक सदीवी निशान उकर गया, निशान जिहड़ा मुगल दरबार नूं अपने तरीके नाल टकरिया, निशान जिन्हें इबादत नूं नवें अर्थ बख्शे, निशान जिहड़ा शस्त्र दी कंगरोड़ बन के स्थापित होया, निशान जिन्हें साडे साहां दीआं लड़ियां सिंजियां ते निशान साहर बन के उसर गया। इंशाला गुरु की मेहर होवे ते इह निशान अपने तन अते मन दीआं बरीक परतां उह लिओ धर्म दे पर्दे चीर के बाहर नूं लिशके खालसे दे निशान जुगो जुग अटल झूलदे रहणगे। हरमनजीत लिखदा है धन्नवाद जी सारयां दा, दोने संत रल के बैठ गए, रहर जिहड़ा नहर रोको मोर्चे नूं थपता ते धर्म युद्ध मोर्चे दा नां दे दिता। जदे ही दफा 44 पंजाब सरकार ने दरबार साहब दे आले दुआले लाती जिवें फरंगियां ने लाई सी, पंज तों वध बंदे नहीं कट्ठे हो सकते। 4 अगस्त नूं पंजाब भर चों संगतां जिहड़ियां दरबार साहब पहुंचियां जकारे दी गूंज, अकाल तख्त साहब तों 500 सिंघां दा पहला जथा गिरफ्तारी देण लई आया, लोक काफलियां दे विच दरबार साहब पहुंचण लगे ते संगतां इकट्ठियां हो गईयां, संत इकट्ठे हो गए, दोने रल के बैठ गए। 30 सितंबर 1982 नूं जदों जगदेव सिंह तलवंडी ने 17.5 महीने का अपना मोर्चा दिल्ली च, वह कहना मेरा भी ठप नाल ही, मैं भी थोड़े अंदर नाल ही। 2 महीने के अंदर पंजाब दीआं सारियां जेलां नको नक भर गईयां। 10 अक्तूबर नूं संत हरजन सिंह लौंगोवाल ने मोर्चे तेजी लिआउण लई 11 तों 16 अक्तूबर दिवाली के दिनों तक गिरफ्तारी का सिलसिला दिन रात शुरू कराउण दी गल कर दी। ये फौजां जित के ही अंतरू हारियां ने, गल वेखो कित्थे खड़ी है 82 च। इंदिरा ने कहा भी संघर्ष दबना, ये दिवाली तो एक दिन पहला 15 अक्तूबर नूं जेलां चो सारे सिख कहना रहा उन्हें अपने तरीके नाल शुरू करता। चाल बदली दी असली वजह यह सी कि भी 19 नवंबर तो 4 दिसंबर तक दुनिया भर दीआं सरकारां दिल्ली एशियड खेलां च आउण दीआं तैयारियां सी, पत्रकारा ने भी आना सी, पत्रकारा ने पंजाब की खबर लानी थी, पंजाब चो कहते पंजाब यह फिर दी है दिल्ली तो 300 किलोमीटर लोगों कट्ठिया कर दी, उधर पंजाब दीआं हक्की मंगां दबियां हुई ने, बंदे छड़ते सारे। उहदे बाद रिहाई की हुक्म सुनते जद गल्लां इह चलियां लोग रिहा होके बाहर नूं आ गए। इस गल ने संत जरनैल सिंह जी खालसा नूं तंग भी किया भी ये क्यों खड़ी गल की, तुसीं क्यों उहदी सुन के क्यों आए, आए क्यों बाहर। अक्तूबर के आखिरी महीने एक वड्डा चाटड़ा सी इंदिरा दा सवर्ण सिंह, वह फतेहगढ़ साहब आया गलबात करन, दिली इच्छा लैके आया वे गलबात करन लई। ये उही सवर्ण सी जिहनूं नहरू परिवार की हजूरी सेवा जिहड़ी निभाउण दे बदले इंदिरा गांधी ने 75 च जलालत दे दिन नाल राजनीति तों बेदखल करके घरे नूं तुरिया, हुण फिर एलची बन गया। ना कोई इतिहास की शर्म मन्नी, ना कोई संग मन्नी, बेआबरू होया बंदा फिर उहदी चपलियां झाड़दा फतेहगढ़ साहब आ गया। पर यह गल पहले ही मुढ़ले ही गेड़ दे विच टुट गई। इस तों बाद संत हरजन सिंह लौंगोवाल ने जेल चो जिहड़े रिहा होके सिंह आ गए उहनां नूं एशिया दीआं खेलां दे विच दिल्ली पहुंचण दा सद्दा दित्ता 29 नवंबर तों 4 दसंबर तक। इत्थे पहली वार फिर पता लग्गिया जिहड़े किसे धारना दे विच वी नहीं, इहदे तों वी सिखे नहीं, इहदे तों वी जिहड़ा पंजाबी ग्रुप गजराल उहनां दा अर्जुन सिंह उहनां दा ना इह जिहड़ा उत्थे बैठा सी दिल्ली भाटीए उहनां दा इना नैयर होना दा इना 82 च भी ना पता लग्या, जब डांग श्री हरियाणे च भजन लाल ने फेरी फेर भी नहीं थे ना ना कहते उन्होंने भुलेखे सानू जेड़ा बई अकालियां दे भुलेखे सानू कांग्रेसी भी कुटते पग गई देखी उन्होंने क्यों ही 84 वेले ज
ਜਾਂ 84 ਵੇਲੇ ਦਰਾਂ ਦੇ ਮੂਹਰੇ ਲੈ ਕੇ ਗੈਸ ਦੀਆਂ ਪੈਟਰੋਲ ਦੀਆਂ ਕੈਨਾਂ ਖੜੇ ਨਾ, ਫਿਰ ਅੱਜ ਨੂੰ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਰੇੜਕਾ ਹੋਰ ਹੈ, ਫਿਰ ਭੱਜੇ। ਪਰ ਜਦ ਨੂੰ ਲੇਟ ਦੇਰ ਹੋ ਗਈ ਸਭ ਕੁਛ ਤਾਂ ਹੋ ਗਿਆ। ਤੇ ਗੱਲ ਇਹ ਸੀ ਇੰਦਰਾ ਦੀ, ਇੱਕ ਉਹਦਾ ਵਿਅਕਤੀਤਵ ਮੈਂ ਸਵੇਰੇ ਵੀ ਗੱਲ ਕਰਦਾ ਵੀ ਇੱਕ ਡਿਊਟੀ ਆ, ਇੱਕ ਰੁਤਬਾ, ਇੱਕ ਵਿਅਕਤੀਤਵ ਹੈ। ਇੰਦਰਾ ਦੇ ਵਿਅਕਤੀਤਵ ਚ ਇੱਕ ਹੰਸਿਆਰੀ ਸੋਚ ਏਡੀ ਸੀ, ਕਿਉਂਕਿ ਉਹ ਜੰਪ ਵਾਲੇ ਇਸ ਤਰ੍ਹਾਂ ਸੀ। ਬਰਨਾਲੇ ਦੇ ਪੁੱਤ ਨੂੰ ਨੀ ਦੇਖਿਆ ਗਿਆ ਗੁਰਦੀਪ ਨੂੰ, ਜਦ ਬਰੈਕ ਥੰਡਰ ਤੋਂ ਬਾਅਦ ਇਕੱਠ ਦਰਬਾਰ ਸਾਹਿਬ ਕੀਤਾ, ਰਿਵਾਲਵਰ ਲੈ ਕੇ ਖਾਲੀ ਨੰਗਾ ਰਿਵਾਲਵਰ ਲੈ ਕੇ ਖੜਾ ਸੀ ਨਾ ਮੂਹਰੇ, ਰਫਲਾਂ ਲੈ ਕੇ ਉੱਥੇ ਗਏ ਸੀ ਅੰਦਰ ਜਾਂ ਧੱਕੇ ਨਾਲ ਇਕੱਠ ਕਰਨ। ਕਿੱਥੇ ਅੱਜ ਪਤਾ ਲੱਗਦਾ ਕਿਤੇ ਨਾ ਉੱਥੇ, ਕਦੇ ਕਾਂਗਰਸ ਚ, ਕਦੇ ਅਕਾਲੀਆਂ ਚ, ਕਦੇ ਆਮ ਆਦਮੀ ਪਾਰਟੀ ਚ ਡਿੱਕ ਡੋਲੇ ਖਾਂਦੇ ਫਿਰਦੇ ਆ। ਸੋ ਜਦ ਬੰਦਾ ਇਹ ਸੋਚ ਦਿੰਦਾ ਵੀ ਮੇਰੇ ਵੱਲ ਕੌਣ ਝਾਕ ਲੂ, ਸਾਡੇ ਵੱਲ ਕੌਣ ਝਾਕ ਲੂ, ਇੰਦਰਾ ਨੂੰ ਇਉਂ ਸੀ ਵੀ ਦੇਸ਼ ਦਾ ਸਾਰਾ ਕਾਰਜ ਖੇਤਰ ਸਾਡੇ ਕੋਲ ਆ, ਪਾਰਟੀ ਸਾਡੀ ਕੋਈ ਹੈ, ਬਾਕੀ ਨਹਿਰੂ ਦੀ ਧੀ ਹੈ, ਪੜ੍ਹਾਈ ਕੀਤੀ ਹੋਈ ਹੈ, ਮੁਸਲਮਾਨ ਬੰਦੇ ਨਾਲ ਵਿਆਹ ਕਰਾਇਆ ਹੋਇਆ, ਐਸ਼ ਪ੍ਰਸਤੀ ਪੂਰੀ ਆ, ਤੇ ਕਿਸੇ ਦਾ ਡਰ ਨਹੀਂ, ਕਿਸੇ ਦਾ ਭੈ ਨਹੀਂ। ਜਦ ਸ਼ਾਸਤਰੀ ਤੋਂ ਬਾਅਦ ਬਣ ਗਈ ਪ੍ਰਧਾਨ ਮੰਤਰੀ, ਉਹਦੇ ਬਾਅਦ ਜਿਹੜੀ ਉਹਦੀ ਇੱਕ ਸੋਚਣੀ ਸੀ ਐਮਰਜੈਂਸੀ ਦੇ ਵਿੱਚ, ਜਿਹੜਾ ਪੁੱਤ ਨੇ ਸੰਜੇ ਨੇ ਕੀਤਾ, ਵੱਢ ਤੇ ਲੋਕਾਂ ਨੂੰ ਫੜ ਫੜ ਕੇ ਧੱਕੇ ਨਾਲ ਨਸਬੰਦੀਆਂ ਬਲਡੋਜ਼ਰ ਫੇਰ ਤੇ, ਐਡੀ ਬਦਮਾਸ਼ੀ ਸੀ। ਕੁਛ ਬੰਗਲਾਦੇਸ਼ ਬਣ ਨਾਲ ਰਹਿੰਦਿਆਂ ਨੇ ਵੀ ਆਪ ਤਾਂ ਵਕਤ ਕੱਢ ਲਵੇ, ਤੂੰ ਜਿਹੜੇ ਚੂੰਡੀ ਵਾਲੇ ਨੀ ਰਹਿਣ ਦੇ, ਉਹ ਕਹਿੰਦੇ ਤੂੰ ਤਾਂ ਤੁਰਦਾ, ਤੂੰ ਮੈਖਾ ਸੁਰ ਮਾਰਤਾ, ਤੈ ਦੇਸ਼ ਐਡਾ ਬੜਾ ਕਰਤਾ ਅਲੱਗ ਕਰਤਾ। ਜਨਰਲ ਜਗਜੀਤ ਸਿੰਘ ਅਰੋੜਾ ਨੇ ਤੇ ਮੁਕਤੀ ਬਾਨੀ ਫੋਰਸ ਦਾ ਜਨਰਲ ਸ਼ਵੇਕ ਸਿੰਘ, ਉਹਦਾ ਨਾਂ ਹੀ ਕਿਤੇ ਇਹ ਮੂਹਰੇ। ਸੋ ਜਦ ਉਹਨੂੰ ਐਮਰਜੈਂਸੀ ਦੇ ਦੌਰਾਨ ਵੀ, ਤੇ ਉਹਦੇ ਬਾਅਦ ਉਹਨੂੰ ਐਮਰਜੈਂਸੀ ਤੋਂ ਬਾਅਦ ਜਨਤਾ ਦਲ ਨੇ ਘੜੀਸਿਆ ਕੇਸਾਂ ਦੇ ਵਿੱਚ, ਪੁੱਤ ਮਰ ਗਿਆ, ਕੱਲੀ ਰਹਿ ਗਈ, ਤੇ ਉਹਦੇ ਦਿਮਾਗ ਦੇ ਵਿੱਚ ਇਹ ਸੀ ਵੀ ਮੈਨੂੰ ਚੈਲੰਜ ਨਹੀਂ ਕੋਈ ਕਰ ਸਕਦਾ। ਅੱਛਾ, ਉਹਦੇ ਬਾਅਦ ਮਹਾਸ਼ਿਆਂ ਦੀ ਪ੍ਰੈਸ ਨੇ ਵਹਿਸ਼ੀ ਹਥਿਆਰੇ ਦਹਿਸ਼ਤਗਰਦ ਦੇਸ਼ ਦੇ ਦੁਸ਼ਮਣ, ਉਹ ਜਿਹੜੀਆਂ ਚੀਜ਼ਾਂ ਉਹ ਬਰਾਬਰ ਲੇਖ ਨਾਲੇ ਨਾਲ ਉਹ ਲਿਖ ਰਿਹਾ। ਅੱਛਾ, ਇਹਦੇ ਤੇ ਜਦ ਫਿਰ ਉਹਨੇ ਆਪਣੇ ਕਪੀਹੀੜ ਦੀ ਸੰਗਲੀ ਲਾਹੀ ਭਜਨ ਲਾਲ ਦੀ ਵੀ ਵਿੱਚ ਦੀ, ਹੁਣ ਨਾ ਲੰਘ ਜੇ ਕੋਈ, ਫਿਰ ਭਜਨ ਲਾਲ ਨੇ ਜੇ ਫਿਰ ਉਹਨੂੰ ਦੱਸਿਆ ਵੀ ਏਸ਼ੀਆ ਖੇਲਾਂ ਦੇਸ਼ ਦੀਆਂ ਹੋਣ ਤੇ ਸਿੱਖ ਨਾ ਲੰਘੇ ਹਰਿਆਣੇ ਚੋਂ। ਉਸ ਫੋਰਸ ਦੇ ਉਹਨੇ ਗਾਹਾਂ ਪਟੇ ਲਾ ਤੇ ਗਲ ਤੋਂ, ਤੇ ਹੁੱਲੜਬਾਜ ਲਟੇਰਿਆਂ ਆਵਾਰਾ ਗਰਦ ਲਫੰਗਿਆਂ ਨੇ ਘੋੜੂਆਂ ਨੂੰ ਦੇਤੀ ਫਿਰ ਖੁੱਲੀ ਛੁੱਟੀ। ਦਿੱਲੀ ਤੋਂ ਜਾਂਦੀ ਹਰ ਬੱਸ, ਕਾਰ, ਟਰੱਕ, ਰੇਲ ਗੱਡੀ ਹਰਿਆਣੇ ਚ ਜਿੱਥੇ ਲਾ ਕੇ ਕੱਠ ਦੇ ਵਿੱਚੋਂ ਸਿੱਖਾਂ ਨੂੰ ਲਾ ਕੇ ਪੱਗਾਂ ਤੋਂ ਫੜ ਕੇ ਧਰੂ ਝੂ ਕੇ ਬਾਹਰ ਸਿੱਟੇ। ਇਹਦੇ ਚ ਜਗਜੀਤ ਸਿੰਘ ਅਰੋੜਾ, 71 ਦੀ ਜੰਗ ਵਾਲਾ ਅਰਜਨ ਸਿੰਘ ਹੋਣੀ, ਇਹਨਾਂ ਦੀ ਵੀ ਬੇਇੱਜ਼ਤੀ ਹੋਈ ਦਿੱਲੀ ਜਾਂਦਿਆਂ। ਤੇ ਬੀਬੀ ਅਮਰਜੀਤ ਕੌਰ ਐਮ ਪੀ ਕਾਂਗਰਸ ਦੀ ਤੇ ਨਾਲ ਹੀ ਸਵਰਨ ਸਿੰਘ, ਉਹਨੇ ਪਾਰਲੀਮੈਂਟ ਦੇ ਕੇਂਦਰੀ ਹਾਲ ਚ ਬਿਥਿਆ ਸੁਣਾਈ ਤੇ ਨਾਲੇ ਰੋਈ ਬਈ ਕੀ ਸਾਡੇ ਨਾਲ ਹੋਇਆ, ਕੀ ਮੇਰੀ ਬੇਇੱਜ਼ਤੀ ਹੋਈ, ਕਿਸ ਤਰ੍ਹਾਂ ਹਿੰਦੂ ਭੀੜ ਨੇ ਰਲ ਕੇ ਕਿਸ ਤਰ੍ਹਾਂ ਫਿਰਕੂ ਕਰਤੂਤ ਦਿਖਾਉਂਦੇ ਆ ਤੇ ਤਰਸੂਲ ਦਿਖਾ ਕੇ ਕਿਵੇਂ ਉਹਨੂੰ ਖਿੱਚਿਆ, ਗੁਰਦੁਆਰਿਆਂ ਨੂੰ ਅੱਗਾਂ ਲਾਤੀਆਂ, ਲੂਹ ਸੁੱਟਿਆ। ਉਹਦੇ ਬਾਅਦ ਵੀ ਹਲੇ ਈਵਨ ਖੁਸ਼ਵੰਤ ਸਿੰਘ ਵਰਗਾ ਜਿਹੜਾ ਇੰਦਰਾ ਨੂੰ ਕਹਿੰਦਾ ਬਹੁਤ ਮੈਂ ਨੇੜੇ ਆ, ਉਹਨੇ ਰਾਜ ਸਭਾ ਦਾ ਮੈਂਬਰ ਬਣਾਇਆ ਹੋਇਆ ਸੀ ਤੇ ਉਹਨੇ ਰਾਜ ਸਭਾ ਦੇ ਵਿੱਚ ਬੋਲਿਆ ਦੇਸ਼ ਨੂੰ ਏਸ਼ੀਆ ਖੇਡਾਂ ਦੇ ਮੌਕੇ ਸਿੱਖਾਂ ਨਾਲ ਕੀਤੇ ਘਿਣਾਉਣੇ ਵਰਤਾਓ ਦੀ ਬਹੁਤ ਮਹਿੰਗੀ ਕੀਮਤ ਤਾਰਨੀ ਪਊ। ਖੁਸ਼ਵੰਤ ਸਿੰਘ ਨੇ ਇਹ ਗੱਲ ਕੀਤੀ ਤੇ ਨਾਲ ਉਹਨੇ ਕਿਹਾ ਵੀ ਰੱਬ ਨਾਲ ਜਾਣੇ ਜੇਕਰ ਖਾਲਿਸਤਾਨ ਦੀ ਲਹਿਰ ਉੱਠ ਖੜੀ ਤਾਂ ਵੱਡੀ ਹੱਦ ਤੱਕ ਭਜਨ ਲਾਲ ਦੀ ਉਜੱਡ ਕੰਮ ਦ੍ਰਿਸ਼ਟੀ ਦਾ ਨਤੀਜਾ ਹੋਊ। ਖੁਸ਼ਵੰਤ ਸਿੰਘ ਦੇ ਨੀ, ਬਾਕੀਆਂ ਦੇ ਵੀ ਇਹਦੇ ਤੇ ਅਖੀਰ ਅਕਾਲੀ ਦਲ ਦੇ ਪ੍ਰਧਾਨ ਧਰਮਜੋਤ ਮੋਰਚੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਨੇ ਭਾਰਤ ਦੇ ਸਾਬਕਾ ਸਿੱਖ ਫੌਜੀਆਂ ਨੂੰ 23 ਦਸੰਬਰ ਨੂੰ ਦਰਬਾਰ ਸਾਹਿਬ ਸਾਬਕਾ ਸਿੱਖ ਫੌਜੀ ਕਨਵੈਨਸ਼ਨ ਚ ਹੁੰਮ ਹਮਾ ਕੇ ਪਹੁੰਚਣ ਦਾ ਸੱਦਾ ਦਿੱਤਾ। ਹਜ਼ਾਰਾਂ ਦੀ ਗਿਣਤੀ ਚ ਯੋਧੇ ਜਿਹੜੇ ਸਾਬਕਾ ਫੌਜੀ ਸੀ ਪਹੁੰਚ ਗਏ। ਸਭ ਤੋਂ ਵੱਡਾ ਇਹ ਇਸ ਕਮਿਊਨਿਟੀ ਇਹ ਭਾਈਚਾਰੇ ਨਾਲ ਫੌਜ ਦੇ ਨਾਲ ਜਿਹੜਾ ਜ਼ੁਲਮ ਹੋਇਆ
ਹਜ਼ਾਰਾਂ ਦੀਆਂ ਗਿਣਤੀਆਂ ਚ ਰਾਮਗੜ੍ਹ ਰੈਂਚੀ ਤੇ ਰਾਂਚੀ ਤੋਂ ਚੱਲੇ ਉਸਦੀ ਚਸ਼ਮ ਦੀਦੀ ਆ ਜਿਹੜੀ 84 ਦੀ ਉਹਨਾਂ ਦਿਨਾਂ ਦੇ ਵਿੱਚ ਕਲਕੱਤਿਓਂ ਉਹ ਰਾਹ ਜਾਂ ਰਾਮਗੜ੍ਹ ਰਾਂਚੀ ਤੋਂ ਆ ਕੇ ਸੜਕ ਜਿਹੜੀ ਕਲਕੱਤੇ ਵਾਲੇ ਹਾਈਵੇ ਤੇ ਜਿਹੜੀ ਬਰੀ ਦੇ ਕੋਲ ਚੰਪਾਰਨ ਘਾਟੀ ਦੇ ਪਰਲੇ ਬੰਨੇ ਆ ਕੇ ਟਰੱਕ ਮਿਲਦੇ ਆ ਇਧਰੋਂ ਟਰੱਕਾਂ ਚ ਜਾਂਦੇ ਪਰਿਵਾਰ ਦੇ ਜੀਆਂ ਨੂੰ ਰੋਕ ਰੋਕ ਕੇ ਸਿੱਖਾਂ ਨੂੰ ਜਿਹੜਾ ਰਸਤੇ ਚ ਕੋਈ ਫਸ ਗਿਆ ਤੇ ਉਹਦੇ ਚ ਮਾਲ ਹੈ ਲੱਦਿਆ ਹੋਇਆ ਉਹਨੇ ਕਲਕੱਤੇ ਨੂੰ ਜਾਣਾ ਤੇ ਮਤਲਬ ਉਧਰੋਂ ਉਹਨਾਂ ਦੀ ਕਾਨਵਾਈ ਆ ਰਹੀ ਹੈ ਉਹ ਸਿੱਖਾਂ ਨੂੰ ਦੇਖ ਕੇ ਟਰੱਕ ਵਾਲਿਆਂ ਨੂੰ ਗਾਲਾਂ ਕੱਢਦੇ ਨੇ ਤੁਸੀਂ ਕਿੱਥੇ ਨੂੰ ਤੁਰੇ ਜਾਂਦੇ ਹੋ ਅਸੀਂ ਦੇਸ਼ ਦੀ ਫੌਜ ਛੱਡ ਕੇ ਅਸੀਂ ਦਰਬਾਰ ਸਾਹਿਬ ਨੂੰ ਤੁਰੇ ਜਾਂਦੇ ਤੁਸੀਂ ਪੈਸੇ ਕਮਾਉਣ ਜਾਂਦੇ ਇਹ ਚਸ਼ਮਦੀਦਾਂ ਨੇ ਗੱਲ ਦੱਸੀ ਆ ਵੀ ਉਹ ਚੰਪਾਰਨ ਸ਼ੇਰ ਘਾਟੀ ਚੰਪਾਰਨ ਘਾਟੀ ਦੇ ਉਸ ਏਰੀਏ ਚ ਸਸਰਾਮ ਤੇ ਦੇਰੀ ਅਮਸੂਨ ਦੇ ਏਰੀਏ ਚ ਬਹੁਤ ਕਾਨਵਾਈਆਂ ਮਿਲੀਆਂ ਭਰੇ ਬਾਹਰਲੇ ਬੰਨੇ LMG ਬੀੜੀਆਂ ਹੋਈਆਂ ਪਰ ਉਹ ਸਿੱਧੇ ਆਉਂਦਿਆਂ ਨੂੰ ਕਿੱਥੇ ਦੇਸ਼ ਦੀ ਇੱਕ ਦੂਜੀ ਫੌਜ ਆ ਕੁਛ ਮੁੱਠੀ ਭਰ ਨੇ ਮੁਕਾਬਲੇ ਬਣਾ ਫੜ ਕੇ ਤੇ ਸਭ ਤੋਂ ਵੱਡੀ ਕਿਉਂਕਿ ਉਹਨਾਂ ਨੂੰ ਸੁਨੇਹਾ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਸੀ ਵੀ ਛੱਡਿਆ ਉਹ ਸਾਰੇ ਮੁੜ ਕੇ ਉਹਨਾਂ ਦਾ ਕੱਖ ਨੀ ਹੋਇਆ ਉਹਨਾਂ ਦੀਆਂ ਵੀ ਯੂਟਿਊਬ ਵੀਡੀਓ ਫਿਰਦੀਆਂ ਸੋ ਇਸ ਕਨਵੈਨਸ਼ਨ ਚ ਸਾਰੇ ਇਕੱਠੇ ਹੋ ਗਏ ਜਾਂ ਸਵਿਮਾਨ ਨੂੰ ਜਿਹੜੀ ਸੱਟ ਲੱਗੀ ਹੈ ਤੇ ਸਫਲਤਾ ਵੱਡੀ ਹੋਈ ਉਹਦੇ ਬਾਅਦ ਥੋੜੇ ਦਿਨਾਂ ਬਾਅਦ 9 ਜਨਵਰੀ 1983 ਨੂੰ ਵੱਡੇ ਸਿੱਖ ਬੁੱਧੀਜੀਵੀਆਂ ਦਾ ਇਕੱਠ ਹੋਇਆ ਤੇ ਅਕਾਲੀ ਰਾਜਨੀਤੀ ਚ ਜਿਹਨਾਂ ਨੇ ਰੁਚੀ ਨਾ ਦਿਖਾਈ ਮਤਲਬ ਹਰ ਇੱਕ ਸਿੱਖ ਬਨੁੰਦਰਿਆ ਗਿਆ ਏਸ਼ੀਅਡ 82 ਦੇ ਵਿੱਚ ਜਿਹੜਾ ਕੁਛ ਹਰਿਆਣੇ ਚ ਹੋਇਆ ਤੇ ਇਸ ਕਨਵੈਨਸ਼ਨ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਸਿੱਖ ਡਾਕਟਰ ਇੰਜੀਨੀਅਰ ਤੇ ਵੱਡੀਆਂ ਵੱਡੀਆਂ ਨੌਕਰੀਆਂ ਵਾਲੇ ਬੰਦੇ ਇਸ ਸ਼ਾਮਿਲ ਹੋਏ ਇੱਕ ਜਗ੍ਹਾ ਤੇ ਸਾਰੇ ਇਕੱਠੇ ਹੋਏ ਤਾਰਕ ਸੁਨੇਸ਼ ਲੈ ਮੈਂ ਵਾਪਸ ਆਉਂ ਅੱਛਾ ਉਹਨਾਂ ਦਿਨਾਂ ਦੇ ਵਿੱਚ ਹੀ ਜਕਰੀਏ ਦੇ ਰੂਪ ਚ ਦਰਬਾਰਾ ਪੰਜਾਬ ਦਾ ਮੁੱਖ ਮੰਤਰੀ ਹੈ ਉਹਨੇ ਪੰਜਾਬ ਦੇ ਵਿੱਚ ਨਕਸਲ ਲਹਿਰ ਵੇਲੇ ਵੀ ਮੁਕਾਬਲੇ ਸ਼ੁਰੂ ਹੋਏ ਸੀ ਉਹਨੇ ਸਭ ਤੋਂ ਪਹਿਲਾਂ ਜਿਹੜਾ ਮੁਕਾਬਲਾ ਦਮਦਮੀ ਟਕਸਾਲ ਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਦੇ ਨੇੜੇ ਰਹਿਣ ਵਾਲੇ ਇੱਕ ਸਿੰਘ ਨੂੰ ਉਹਦਾ ਪੁਲਿਸ ਨੇ ਮੁਕਾਬਲਾ ਬਣਾਇਆ ਕੁਲਵੰਤ ਸਿੰਘ ਨਾਗੋਕੇ ਦਾ 27 ਮਈ 1982 ਦੀ ਗੱਲ ਹੈ ਤੇ ਘਰੋਂ ਉਹਨੂੰ ਚੱਕਿਆ 2 ਹਫ਼ਤੇ ਤਸ਼ੱਦਦ ਕਰਨ ਤੋਂ ਬਾਅਦ 9 ਜੂਨ ਦੀ ਰਾਤ ਨੂੰ ਅੰਮ੍ਰਿਤਸਰ ਦੇ ਬਾਹਰ ਬਾਰ ਤੇ ਵੱਲਾ ਪਿੰਡ ਦੇ ਨੇੜੇ ਮੁਕਾਬਲਾ ਬਣਾ ਦਿੱਤਾ ਤੇ ਉਸਦਾ ਮੇਨ ਜਿਹੜਾ ਅਕਿਊਜ਼ CDSP ਗੁਰਬਚਨਾ ਸੀ ਜਿਹਨੇ ਫਿਰ ਇਸ ਜ਼ੁਲਮ ਦਾ ਹਿਸਾਬ ਆਪਣੇ ਟੱਬਰ ਦੇ ਮਰਨ ਦੇ ਨਾਲ ਦਿੱਤਾ ਤੇ ਦਰਬਾਰਾ ਸਿੰਘ ਦੀ ਸਰਕਾਰ ਵੱਲੋਂ ਇਹ ਜ਼ੁਲਮ ਦੀ ਦਰਬਾਰਾ ਸਿੰਘ ਦੀ ਜਿਹੜੀ ਸਾਰੀ ਸੋਚਣੀ ਸੀ ਜੈਲ ਸਿੰਘ ਹੋਰ ਤਰੀਕੇ ਦੇ ਨਾਲ ਕੰਗਰੋੜ ਤੋਂ ਦੋਨਾਂ ਦੀਆਂ ਕੰਗਰੋੜਾਂ ਹੈ ਨਹੀਂ ਸੀ ਦੋਨੇ ਹੀ ਚਾਟੜੇ ਸੀ ਉਹ ਤਾਂ ਜੈਲ ਸਿੰਘ ਤਾਂ ਇੱਕ ਜਗ੍ਹਾ ਜਾ ਕੇ ਇਹ ਵੀ ਕਹਿੰਦਾ ਵੀ ਜੇ ਸੰਜੇ ਦੀਆਂ ਮੈਂ ਚੱਪਲਾਂ ਪਾ ਦਵਾਂ ਹੱਥੀ ਤਾਂ ਵੀ ਹੈ ਇੱਕ ਵਾਰ ਸਹੁੰ ਚੱਕ ਕੇ ਸੰਜੇ ਦੇ ਪੈਰੀ ਹੱਥ ਵੀ ਲਾਇਆ ਜਾ ਮੂੰਹ ਕਾਲਾ ਕਰਕੇ ਤੇ ਪਾ ਕੇ ਜਰੀ ਦੀ ਬਾਸਕਟ ਜੀ ਤੇ ਮੂਹਰੇ ਉਹਦੇ ਲਾ ਕੇ ਇੱਕ ਫੁੱਲ ਸ਼ਰਮ ਇਹ ਬੇਹਿਆ ਲੋਕ ਨੇ ਜਿਹੜੇ ਕੌਮ ਦੇ ਵਿੱਚੋਂ ਹੀ ਬਣ ਕੇ ਤੇ ਕੌਮ ਤੇ ਜ਼ੁਲਮ ਕਰਦੇ ਰਹੇ ਦਰਬਾਰਾ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਸੀ ਦਰਬਾਰੇ ਨੂੰ ਸੰਤ ਜਰਨੈਲ ਸਿੰਘ ਜੀ ਸਿੱਧੇ ਆਪਣੀਆਂ ਕੈਸਟਾਂ ਦੇ ਵਿੱਚ ਕਹਿੰਦੇ ਵੀ ਆ ਤਾਂ ਸਹੀ ਨਿਕਲ ਤਾਂ ਸਹੀ ਦਿੱਲੀ ਆਪਣੇ ਚੰਡੀਗੜ੍ਹੋਂ ਬਾਹਰ ਤਾਂ ਆ ਕਿਤੇ ਆ ਜਾ ਟੱਕਰ ਤਾਂ ਸਹੀ ਬੋਰੀਆਂ ਲਾਈਆਂ ਨੇ ਆਲੇ ਦੁਆਲੇ ਤੇ ਲਈ ਫਿਰਦਾ 100-100 ਜਣਿਆਂ ਦੀ ਧਾੜ ਕੱਲੇ ਨੂੰ ਕੱਲਾ ਆ ਜਾ ਮਿਲ ਲੈਂਦੇ ਆ ਕਦੇ ਕਾਹਨੂੰ ਮਾਰਦਾ ਨਾ ਤੇਰੇ ਮਰਨ ਨਾ ਸਾਡੇ ਤੇ ਇਸ ਗੱਲ ਤੇ ਜਦ ਤਿੱਖੀ ਹੋ ਗਈ ਗੱਲ ਸੰਤ ਹਰਚੰਦ ਸਿੰਘ ਹੁਣ ਇਹਦੇ ਚ ਤੁਸੀਂ ਆ ਦੇਖਿਓ ਜਦ ਗਾਜ ਗਿਰਦੀ ਹੈ ਗਰਮੈਸ਼ ਦੀ ਉਹ ਸਾਰੀ ਸੰਤ ਜਰਨੈਲ ਸਿੰਘ ਤੇ ਗਿਰਦੀ ਹੈ ਜਦ ਅੱਜ ਦੇ ਦਿਨਾਂ ਚ ਨਾ ਹੁਣ ਨਹੀਂ ਇਹ ਨਹੀਂ ਸੀ ਉਹਨਾਂ ਨੂੰ ਗਰਮੀ ਦੀ ਸਾਰੇ ਜਿੰਨੇ ਕੌਮ ਦੇ ਨਾਲ ਸੰਦੇਸ਼ ਨੇ ਕੌਮ ਦੀ ਮੰਗ ਆ ਸਾਰੀ ਹਰਚੰਦ ਸਿੰਘ ਲੌਂਗੋਵਾਲ ਨੇ ਕੀਤੀ ਡਿਕਟੇਟਰ ਦੇ ਤੌਰ ਇਹੀ ਲੌਂਗੋਵਾਲੀਆ ਵਾ ਦੁੱਧ ਪੀਣਾ ਮਜਨੂੰ ਤੇ ਮੁੜ ਕੇ ਜਾ ਕੇ ਰਾਜੀਵ ਨਾਲ ਦਸਤਖਤ ਕਰਕੇ ਆਇਆ ਤਾਂ ਹੀ ਫਿਰ ਜਿਹੜੀਆਂ ਲੱਗੀਆਂ ਉਹਦਾ ਹੀ ਕਾਰਨ ਸੀ ਉਹ ਵੀ ਮੈਂ ਸੁਣਾਊ ਤੁਹਾਨੂੰ ਰਾਜੀਵ ਲੌਂਗੋਵਾਲ ਸਮਝੌਤੇ ਚ ਕੀ ਕੁਛ ਕਰਕੇ ਆਇਆ ਤੇ ਹੁਣ ਗਰਮ ਦੇਤੀ ਇੱਕ ਆਵਾਜ਼ ਵੀ ਮਰਜੀਵੜੇ ਭਰਤੀ ਕਰਨੇ ਨੇ 30,000 ਆਪਾ ਬਾਰਨ ਲਈ 1,00,000 ਮਰਜੀਵੜੇ ਭਰਤੀ ਕਰਨ ਦਾ ਐਲਾਨ ਕਰ ਦਿੱਤਾ
एक लख ते 1983 दी बसाखी ते 30,000 सिखां ने श्री अकाल तख्त साहिब जाके अरदास कर दित्ती ते मर्जी उबड़ियां च नौ लगाता। 12 मई तक लख दी संख्या पार कर गई सिर्फ 42 दिनां च। 21 फरवरी 1983 नूं अकाली दल नाल संबंधित लोक सभा दे 3 ते विधान सभा दे 35 मैंबरां ने अस्तीफे मैंबरियां तों दित्ते। जद अस्तीफे देते 27 मई नूं अपने चाटड़े एक मनचंदे दे राही जिहड़ा कमेटी दा प्रधान सी हरबंस मनचंदा उहदे राही बंगला साहब वड्डा कट्ठ इंदरा ने रखा के उहदे च कहिंदे लै तुहानूं ऐ करदे आ एक घंटा थोड़ा आल इंडिया रेडियो तों दरबार साहब तों कीर्तन ते नाल ही 9 इंची दी कृपान पा के तुसीं हवाई सफर कर लिओ। किहड़ा जहाज च सिख चढ़दा सी 1982 च 83 च ਤੇ ਪਰ ਡਿਕਟੇਟਰ ਨੇ ਹਰਚੰਦ ਸਿੰਘ ਲੌਂਗੋਵਾਲ ਨੇ ਕਹਿੰਦਾ ਨਹੀਂ ਇਹ ਨੀ ਗੱਲਾਂ ਹੋਣੀਆਂ, ਗੱਲ ਅਨੰਦਪੁਰ ਸਾਹਿਬ ਦੇ ਮਤੇ ਤੇ ਆ। 9 ਮਹੀਨੇ ਇਹ ਧਰਮ ਯੁੱਧ ਮੋਰਚੇ ਚ ਤੇਜ਼ੀ ਆਉਣ ਲਿਆਉਣ ਲਈ ਅਕਾਲੀ ਦਲ ਨੇ 4 ਅਪ੍ਰੈਲ 1983 ਨੂੰ ਰਸਤਾ ਰੋਕੋ ਜਿਹੜੀ ਸਾਰੀ ਸੜਕੀ ਆਵਾਜਾਈ ਠੱਪ ਕਰਨ ਦਾ ਸੁਨੇਹਾ ਦੇ ਤੇ ਉਧਰ 24 ਮਾਰਚ ਨੂੰ ਇੰਦਰਾ ਨੇ ਆਪਣੇ ਸੇਵਾ ਮੁਕਤ ਇੱਕ ਸਿੱਖ ਜੱਜ ਰਣਜੀਤ ਸਰਕਾਰੀਆ ਦੀ ਚੋਣ ਕਰ ਦਿੱਤੀ ਇੱਕ ਕਮਿਸ਼ਨ ਸਰਕਾਰੀ ਕਮਿਸ਼ਨ ਨੂੰ। 25 ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਉਸ ਨੂੰ ਕਹਿ ਦਿੱਤਾ ਵੀ ਬਹੁਤ ਵਧੀਆ ਗੱਲ ਆ ਅਸੀਂ ਇਕੱਠੇ ਬੈਠਾਂਗੇ, ਪਰ ਕਮਿਸ਼ਨ ਨੇ ਕੀ ਕਰਨਾ, ਇੰਦਰਾ ਦੇ ਕਮਿਸ਼ਨ ਨੂੰ ਤੋਂ ਕੀ ਭਾਲਦੇ ਹੋ। ਉਹੀ ਗੱਲਾਂ ਸਰਕਾਰੀ ਕਮਿਸ਼ਨ ਨੇ ਜਿਹੜਾ ਉਹਨੇ ਕੀ ਫਰਕ ਪਾਉਣਾ, ਕਿਹੜੀਆਂ ਮੰਗਾਂ ਜਾਂ ਦਿਲ ਦੇ ਵਿੱਚ ਪਾਪ ਹੈ। ਸਭ ਤੋਂ ਵੱਡਾ ਦਾ ਪਾਪ ਆਪਾਂ ਵਿਚਾਰਾਂਗੇ ਕੱਲ ਨੂੰ ਵੀ ਜਿਹੜੀਆਂ ਪੈਰਲਲ 6 ਮਹੀਨੇ ਮੀਟਿੰਗਾਂ ਕੀਤੀਆਂ ਅਕਾਲੀ ਦਲ ਨਾਲ, 26, 27, 28 ਮਈ ਨੂੰ ਮੀਟਿੰਗਾਂ ਹੋ ਰਹੀਆਂ ਨੇ, ਇੱਕ ਤਿਕੜੀ ਤਿਕੜੀ ਪੂਰੀ ਲਾਈ ਹੋਈ ਹੈ ਮਿਨਿਸਟਰਾਂ ਦੀ, ਜਿਹੜੀਆਂ ਜੇਲ੍ਹ ਚੋਂ ਕੱਢਦੇ ਨੇ, ਕਦੇ ਏਅਰਫੋਰਸ ਦੇ ਸਟੇਸ਼ਨ ਤੇ, ਕਦੇ ਆਰ ਕੇ ਪੁਰਮ ਦੇ ਆਈਬੀ ਹੈੱਡਕੁਆਰਟਰ ਤੇ, ਇਹ ਤੋਂ ਬਿਨਾਂ ਕੱਲੇ ਕੱਲੇ ਜਿਹੜੇ ਅੱਜ ਜਾ ਕੇ ਮਿਲਦੇ ਨੇ, ਮਤਲਬ 20 ਦੇ ਕਰੀਬ ਮੀਟਿੰਗਾਂ ਨੇ ਜਿਹਦੇ ਵਿੱਚ ਸਿਹਰਦ ਯਤਨ ਅਕਾਲੀ ਦਲ ਦੇ ਬੰਦੇ ਕਰ ਰਹੇ ਨੇ। ਲੀਡਰ ਬਈ ਇਹ ਗੱਲ ਨਾ ਹੋਵੇ, ਤਾਂ ਕਸ਼ੀਦਗੀ ਨਾ ਹੋਵੇ, ਦੇਖ ਰਹੇ ਸੀ ਜਿਹੜੇ, ਕਿਉਂਕਿ ਸਾਰੇ ਲੀਡਰ ਸੀ ਉਹ, ਪਰ ਉਹਨਾਂ ਨੂੰ ਭੁਲੱਥੇ ਚ ਲਾ ਕੇ ਜਿਹੜੀ ਅਰਨ ਨਹਿਰੂ, ਅਰਨ ਸਿੰਘ ਤੇ ਰਾਜੀਵ ਦੇ ਨਾਲ, ਦਿਗਵਿਜੇ ਨਾਲ ਜਿਹੜੀ ਅਲੱਗ ਕਰ ਰਹੀ ਸੀ ਅਲੈਗਜ਼ੈਂਡਰ ਦੇ ਨਾਲ, ਬਈ ਨਾ 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 ਇਹਨੂੰ ਕਹਾਣੀ ਦੂਜੀ। ਉਹ ਤਾਂ ਮਾਰਚ ਦੇ ਵਿੱਚ ਜਨਵਰੀ ਚ 84 ਚ ਬਈ ਇਦਾਂ ਨੂੰ ਦੱਸਦਾ ਮੈਂ ਕੀ ਕਰਨਾ, 81 ਚ ਪਹਿਲਾਂ ਕਹਿੰਦੀ ਸੀ ਜਾਂ ਟੈਂਕ ਜਾਂ ਸੰਤਾਂ ਨੂੰ ਫੜਨ ਦੀ ਗੱਲ, ਗ੍ਰਿਫਤਾਰੀ ਕੀਤੀ ਮਹਿਤੇ ਚੋਂ, ਤੇ ਚਕਰਾਤੇ ਦੇ ਵਿੱਚ ਮਸ਼ਕਾਂ ਹੋ ਰਹੀਆਂ ਜੰਗਲ ਦੇ ਵਿੱਚ ਵੀ ਕਿਵੇਂ ਕਮਾਂਡੋ ਭੇਜਾਂਗੇ ਚੱਕ ਕੇ ਸੰਤ ਨੂੰ ਲੈ ਆਵਾਂਗੇ, ਉਹ ਵੀ ਤਿਆਰੀਆਂ ਹੋ ਰਹੀਆਂ। KGB ਤੋਂ ਮਦਦ ਹੋ ਰਹੀ ਹੈ, ਰੋਇਲ ਜਿਹੜੀ ਏਅਰਫੋਰਸ ਤੋਂ ਮਦਦ ਹੋ ਰਹੀ ਹੈ ਇੰਗਲੈਂਡ ਤੋਂ, ਸਾਰੀਆਂ ਚੀਜ਼ਾਂ ਹੁਣ ਤਾਂ ਜਨਤਕ ਹੋ ਗਈਆਂ, ਤੇ ਉਧਰੋਂ ਮੀਟਿੰਗਾਂ ਕਰ ਰਹੀ, ਕਿੱਡਾ ਦਾਗੀ ਕਰ ਰਹੀ ਹੈ, ਤੇ ਨਾਲ ਉਹਨਾਂ ਨੂੰ ਪ੍ਰੇਰਿਤ ਕਰ ਰਹੀ ਹੈ ਅਕਾਲੀ ਦਲ ਨੂੰ ਵੀ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਇਹ ਜਿਹੜਾ ਹੁਕਮਨਾਮਾ ਕਰਾਓ ਵੀ ਸੰਤ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆਵੇ ਜਨਰਲ ਸਿੰਘ, ਤੇ ਨਾਲ ਜਿਹੜਾ ਦੁਸ਼ਟ ਸੀ ਸਕੱਤਰ ਗੁਰਚਰਨ ਸਿੰਘ ਜੀ ਨੇ ਸੋਢੀ ਨੂੰ ਸ਼ਹੀਦ ਕਰਾਇਆ, ਉਹਦੇ ਰਾਹੀਂ ਉਹਦੇ ਗਨਮੈਨਾਂ ਦੇ ਰਾਹੀਂ ਇਹ ਵੀ ਕੋਸ਼ਿਸ਼ ਸੀ ਵੀ ਸੰਤਾਂ ਤੇ ਵਾਰ ਕੀਤਾ ਜਾਵੇ। ਸੋ ਇਹਦੇ ਇਹ ਜਿਹੜਾ ਜਦ ਹੁਣ ਇਹ ਵੱਡਾ ਜਿਹੜਾ ਕਹਿ ਦਿੱਤਾ ਕਿ ਜਿਹੜਾ ਸਾਰੀ 4 ਅਪ੍ਰੈਲ 1983 ਨੂੰ ਬਈ ਆਵਾਜਾਈ ਠੱਪ ਹੈ, ਕੀ ਆਵਾਜਾਈ ਠੱਪ ਹੈ ਜੇ ਇੱਕ ਦਿਨ ਪੰਜਾਬ ਦੀ ਆਵਾਜਾਈ ਠੱਪ ਹੈ, ਉਹ ਚ ਕੀ ਠੱਪ ਹੈ ਅੱਜ ਦੇ ਦਿਨ ਦੇ ਵਿੱਚ? ਤੁਸੀਂ ਕਿੰਨੀ ਵਾਰ ਕਿਸਾਨ ਸੰਘਰਸ਼ ਚ ਆਵਾਜਾਈ ਠੱਪ ਹੋ ਗਈ, ਕਿਹੜੀ ਥਰੜੀ ਉੱਪਰ ਆ ਗਈ, ਕਿਹੜੇ ਉਪਗ੍ਰਹਿ ਜਿਹੜੇ ਖੜ ਗਏ, ਕਿਹੜੀ ਆਰਥਿਕਤਾ ਡਾਵਾਡੋਲ ਹੋ ਗਈ? ਪਰ ਉਹਨੂੰ ਐਂ ਸੀ ਵੀ ਮੈਂ ਤੇ ਮੇਰਾ ਜਿਹੜਾ ਪਾਲਤੂ ਦਰਬਾਰਾ ਇਹਦੇ ਸਾਹਮਣੇ ਸਿੱਖਾਂ ਦੀ ਕੀ ਜ਼ਰੂਰਤ ਹੈ, ਇਹ ਕੌਣ ਨੇ, ਇਹਨਾਂ ਇਹ ਨਹੀਂ ਗੱਲ ਕਰ ਸਕਦੇ। ਹੁਣ ਜਦ ਅਲਫਾ ਤੁਸੀਂ ਆਪ ਜਦ ਇੱਕ ਮੈਨਹੁੱਡ ਹੈ ਜਿਹੜੀ ਉਹ ਵੀ ਫਿਰ ਠੀਕ ਹੈ ਇਹਦੇ ਵਿੱਚ, ਮੈਂ ਇਸ ਗੱਲ ਤੇ ਹਲੇ ਵੀ ਇਹ ਗੱਲ ਦਾ ਮੈਂ ਇੱਛਕ ਹਾਂ ਵੀ ਕੋਈ ਗੱਲ ਹੋ ਜਾਂਦੀ, ਇਹ ਚ ਕੋਈ ਕਹਾਣੀ ਨਹੀਂ ਸੀ ਜਿਵੇਂ ਟੌੜੇ ਹੋਣੀ ਆਖਰੀ ਦਿਨ ਤੱਕ ਪਾਂਡੇ ਕੋਲ ਭੱਜ ਕੇ ਗਏ ਗਵਰਨਰ ਕੋਲ, ਗਵਰਨਰ ਜਾਂ ਫੈਡਰੇਸ਼ਨ ਤੇ ਜਿਹੜੀ ਹੈ ਲੱਗੀ ਵੱਡੀ ਗੱਲ, ਜਾਂ ਫੈਡਰੇਸ਼ਨ ਨੂੰ ਬੈਨ ਕੀਤਾ, ਫੈਡਰੇਸ਼ਨ ਨੂੰ ਨੇ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜੇ ਨੇ ਪੰਜਾਬ ਦੇ ਰੇਲਵੇ ਸਟੇਸ਼ਨ ਫੂਕ ਤੇ ਕਾਲਜ ਸੀ ਜਦ ਅਸੀਂ ਗਿੱਲਾਂ ਵਾਲਾ ਕਾਲਜ ਜਿਹੜਾ ਰੇਲਵੇ ਸਟੇਸ਼ਨ ਫੂਕਿਆ, ਤੇ
ਉਹਦੇ ਚ ਉਹ ਪਾਂਡੇ ਨੂੰ ਕਿਹਾ ਬਈ ਇਹਨੂੰ ਕਿਵੇਂ ਨਾ ਕਿਵੇਂ ਰਿਫਿਊਜ਼ ਕਰੀਏ। ਮਈ ਆਈ 28 ਮਈ ਤੋਂ ਬਾਅਦ ਟੌੜੇ ਆਉਣੀ, ਜਦੋਂ ਟੌੜੇ ਨੇ ਜਿੰਨੀ ਭੱਜ ਨੱਠ ਕੀਤੀ ਬਾਕੀ ਤਾਂ ਟਿਕ ਗਏ, ਉਹ ਭੱਜੇ। ਉਹਨਾਂ ਨੇ ਦੇਖਿਆ ਜਾਂ ਦਰਬਾਰ ਸਾਹਿਬ ਆ ਕੇ ਵੀ ਇੱਥੇ ਤਾਂ CRP ਤੇ BSF ਤੇ ਸਾਰੇ ਤੁਰੇ ਫਿਰਦੇ ਨੇ, ਇਹ ਤਾਂ ਗੜਬੜ ਹੋ ਗਈ। ਉਹ ਪਾਂਡੇ ਕੋਲ ਗਏ, ਪਾਂਡੇ ਕਹਿੰਦੇ ਫੈਡਰੇਸ਼ਨ ਨੂੰ ਕਹੋ ਕਾਰਵਾਈਆਂ ਰੋਕ ਦੇ, ਮੈਂ ਇਹਨਾਂ ਤੋਂ ਬੈਨ ਹਟਾ ਦਿੰਦਾ। ਪਰ ਕਿੱਥੇ ਉਹਦਾ ਪਾਪ ਸੀ, ਉਹ ਦਿਨਾਂ ਚ June 3 ਨੂੰ ਟੌੜੇ ਹੋਣੀ ਵੀ ਮਿਲ ਕੇ ਆਏ ਨੇ ਸੰਤ ਜਰਨੈਲ ਸਿੰਘ ਜੀ ਉਹਨਾਂ ਨੂੰ, ਜਿੱਥੇ ਗੱਲਾਂ ਹੋਈਆਂ ਨੇ। ਉਹ ਕਹਿੰਦੇ ਨਹੀਂ ਬਾਬਾ ਤੈਨੂੰ ਨੀ ਪਤਾ ਜਾਂਦਾ ਜੀ ਇਹ ਕੀ ਕਰਨ ਜਾ ਰਹੇ ਨੇ। ਕਿਸੇ ਦੀ ਸੋਚ ਜਿਹੜੀ ਕੋਈ ਜਿਹੜੀਆਂ ਪ੍ਰਗਾਸੀਆਂ ਹੋਈਆਂ ਰੂਹਾਂ ਨੇ ਉਹਨਾਂ ਨੂੰ ਪਤਾ। ਹੁਣ ਇਹ ਜਿਹੜਾ ਲਾਈਨ ਤੋਂ ਪਾਰ ਖੜਾ ਟੋਲਾ ਜਿਹਨੂੰ ਇਹ ਜਸਟੀਫਿਕੇਸ਼ਨ ਹੈ, ਜਿਹੜੇ ਕਹਿੰਦੇ ਨੇ ਬਈ ਅੰਮ੍ਰਿਤਸਰ ਦੇ ਵਿੱਚ ਸੈਲੀਬ੍ਰੇਸ਼ਨ ਨਹੀਂ ਹੋਈਆਂ, ਸਿੱਖ ਨੇ ਚਸ਼ਮਦੀਦ ਲਿਖਿਆ ਹੋਇਆ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਦੇ, ਜੋ ਮੈਂ ਦੱਸੂ ਮੈਂ ਲੱਭ ਨਹੀਂ ਸਕਿਆ, ਲੰਘੇ ਜਾਂਦੇ ਸਿੱਖ ਦੇ ਉੱਪਰ ਦੀ, ਇੱਕ ਦੁਕਾਨਦਾਰ ਨੇ ਸਿਗਰਟਾਂ ਦੀ ਡੱਬੀ ਭਗਾ ਕੇ ਬੰਦੇ ਦੇ ਦੂਜੇ ਬੰਨੇ ਸਿੱਟੀ, ਕਹਿੰਦਾ ਭਿੰਡਰਾਂ ਵਾਲਾ ਮਾਰਕਾ ਸਿਗਰਟਾਂ ਆਈਆਂ ਨੇ। ਇੱਥੇ ਚਾਟੜੇ ਕਹਿੰਦੇ ਨੇ ਜੀ ਨਹੀਂ ਜੀ ਉਹਨਾਂ ਦੀ ਸੈਲੀਬ੍ਰੇਸ਼ਨ ਨੀ ਹੋਈ, ਅਸੀਂ ਇਹ ਨੀ ਕੀਤਾ, ਅਸੀਂ ਉਹ ਨੀ ਕੀਤਾ। ਜਿਹੜੇ ਜਿਹਨਾਂ ਦੀ ਅਜ਼ਮਤ ਹੀ ਜਿਹੜੇ ਜਿਹੜੇ ਪਹਿਲੇ ਦਿਨੋਂ ਹੀ ਭਗੌੜੇ ਨੇ, ਬਡਰੂਪੀਏ ਨੇ ਜਿਹੜੇ, ਉਹਨਾਂ ਤੋਂ ਕੀ ਭਾਲਦੇ ਹੋ ਤੁਸੀਂ? ਜਿਹਨਾਂ ਦੇ ਵਿੱਚ ਜਿਹੜਾ ਜ਼ਹਿਰ ਬਚਪਨ ਚੋਂ ਹੀ ਹੈ ਤੇ ਦਹਾਕਿਆਂ ਤੋਂ ਹੀ, ਉਹਨਾਂ ਨੂੰ ਇੱਕੋ ਹੀ ਸੋਚ ਹੈ ਕਿ ਇਹ ਦਾੜੀ ਕੇਸ ਨਾਲ ਨਫ਼ਰਤ ਹੈ, ਨਾਲੇ ਆਪ ਬਡਰੂਪੀ ਹੈ, ਉਹਨਾਂ ਤੋਂ ਕੀ ਭਾਲਦੇ ਹਾਂ ਤੁਸੀਂ? 37 ਸਾਲ ਬੀਤਣ ਤੋਂ ਬਾਅਦ ਦੁਨੀਆਂ ਦੇ ਵਿੱਚ ਨੰਗਾ ਚਿੱਠਾ, ਤੇ ਕਿਸ ਤਰ੍ਹਾਂ KGB ਇਨਵੋਲਵ ਹੋਈ, ਰਸ਼ੀਆ ਕਿਸ ਤਰ੍ਹਾਂ ਇਨਵੋਲਵ ਹੋਇਆ, ਬ੍ਰਿਟਿਸ਼ ਸਰਕਾਰ ਦੇ ਡਾਕੂਮੈਂਟਸ ਜਿਹੜੇ ਨੇ ਅਨਕਲਾਸੀਫਾਈਡ ਨਹੀਂ ਹੋ ਰਹੇ, ਡੀਕਲਾਸੀਫਾਈਡ ਨਹੀਂ ਹੋ ਰਹੇ, ਕਿਸ ਤਰ੍ਹਾਂ ਮਾਸ਼ਾ ਪ੍ਰੈਸ ਨੇ ਕੀਤਾ, ਕੀ ਹੋਇਆ ਏਸ਼ੀਆ ਦੇ 82 ਦੀ ਮੈਂ ਗੱਲ ਦਾ, ਹਲੇ ਵੀ ਉਹ ਚੀਜ਼ ਨੂੰ ਜਸਟੀਫਿਕੇਸ਼ਨ ਇਹ ਵੀ ਹਾਂ ਹਾਂ ਸੰਤ ਉੱਥੇ ਹਥਿਆਰ ਲੈ ਕੇ ਗਿਆ ਤਾਂ ਹਮਲਾ, ਕਿਉਂਕਿ ਆਪ ਤਾਂ ਸਿਰਫ ਸਤਾ ਦੀ ਜਾਂ ਇੱਕ ਸਿੱਖਾਂ ਦਾ ਕਿਤੇ ਸਾਥ ਲੈਣ ਲਈ ਸਿਰ ਤੇ 4 ਲਵੇਟੇ ਮਾਰੇ ਹੋਏ ਨੇ, ਮੂੰਹ ਤੇ ਦਾੜੀ ਰੱਖੀ ਹੋਈ ਆ, ਪਰ ਅਸਲ ਕਹਾਣੀ ਇਹ ਆ ਵੀ ਜਿਹੜਾ ਜ਼ੁਲਮ ਦੀ ਦਾਸਤਾਨ ਜਿਹੜੀ ਕੁਹਾੜੇ ਦੇ ਉਹ ਹੱਥੇ ਨੇ ਇਹ ਅਲੀਟ, ਜਿਹੜੇ ਵਧੀਆ ਸ਼ਬਦ ਨੇ, ਪੰਜਾਬੀ ਗਰੁੱਪ ਵੀ ਦਿੱਲੀ ਬੈਠਾ ਨਹੀਂ ਕਰਦਾ, ਨਈਅਰ ਬਹੁਤ ਵਧੀਆ ਕਰਦਾ ਸੀ, ਨਈਅਰ ਨੂੰ ਬੜੀਆਂ ਵਧੀਆ ਗੱਲਾਂ ਕਰਨੀਆਂ ਆਉਂਦੀਆਂ ਸੀ ਵੀ ਨਹੀਂ ਜੇ ਮੈਂ ਸ਼ਮਾ ਜਗਾਊ, ਮੈਂ ਇਹ ਜਗਾਊ, ਇਹ ਸਭ ਬੁੱਕਲ ਦੇ ਸੱਪਾਂ ਨੇ ਜਦ ਸਮਾਂ ਮਿਲਿਆ ਡੰਗਿਆ। ਸੋ ਇਹ ਜਦ ਹੁਣ ਇੱਕ ਚੀਜ਼ ਨੂੰ ਤੁਸੀਂ ਸਮਝਿਓ ਬਈ 4 April 1983 ਨੂੰ ਰਸਤਾ ਰੋਕੋ ਇੱਕ ਜਿਹੜਾ ਪ੍ਰੋਗਰਾਮ ਦਿੱਤਾ, ਜਿਵੇਂ ਪਹਿਲਾਂ ਪ੍ਰੋਗਰਾਮ ਦਿੱਤੇ ਨੇ, ਤੇ ਉਹਦੇ ਨਾਲ ਇੱਕ ਦਿਨ ਰਸਤਾ ਰੋਕਣ, ਹਾਂ ਭੀੜ ਗੱਡੀਆਂ ਰੋਕ ਰਹੀ ਆ, ਸਾੜ ਫੂਕ ਕਰ ਰਹੀ ਆ, ਬੱਢ ਟੁੱਕ ਕਰ ਰਹੀ ਆ, ਫੇਰ ਪੁਲਿਸ ਉੱਤੇ ਜ਼ੁਲਮ ਕਰੇ। ਬਸ ਦਰਬਾਰੇ ਨੇ ਇਹਦੇ ਤੇ ਕੁੱਪ ਕਲਾਂ ਦੇ ਵਿੱਚ ਇੱਕ ਘਟਨਾ ਹੋਈ ਸੀ ਸਾਡੇ ਉਹਨਾਂ ਪਿੰਡਾਂ ਮਲੇਰਕੋਟਲੇ ਦੇ ਨੇੜੇ, ਮਤਲਬ ਗੋਲੀਆਂ ਸਿੱਧੀਆਂ ਸਿੱਖਾਂ ਦੇ ਮਾਰੀਆਂ, ਸਿਰਫ ਉਹ ਸੜਕ ਤੇ ਬੈਠੇ ਸੀ, ਟਰੈਕਟਰਾਂ ਨੂੰ ਅੱਗਾਂ ਲਾ ਤੇ ਦਿਨ ਦਿਹਾੜੇ ਧਰਨੇ ਵਾਲੀ ਜਗ੍ਹਾ ਤੇ ਟਰੈਕਟਰ ਟਰਾਲੀਆਂ ਜਿਹੜੇ ਗਏ ਸੀ ਉਹਨਾਂ ਨੂੰ CRP ਨੇ 6 ਜਿਹੜੇ ਸਿੱਖਾਂ ਤੇ ਸਿੱਧੀਆਂ ਗੋਲੀਆਂ ਮਾਰੀਆਂ, ਮਲੇਰਕੋਟਲੇ 5 ਹੋਰ ਸਿੱਖਾਂ ਨੂੰ ਗੋਲੀਆਂ ਮਾਰੀਆਂ, ਉਹ ਵੀ ਭੁੰਨੇ। ਤੇ ਉਸਦੇ ਬਾਅਦ ਇਸ ਦੇ ਤੱਥਾਂ ਦਾ ਪਤਾ ਲਾਉਣ ਲਈ ਉਸ ਜਗ੍ਹਾ ਤੇ ਅਟਲ ਬਿਹਾਰੀ ਵਾਜਪਾਈ ਤੇ ਹਰਕਿਸ਼ਨ ਸੁਰਜੀਤ ਕਾਮਰੇਡ ਉਹ ਵੀ ਪਹੁੰਚੇ। ਉਹਨਾਂ ਨੇ ਪੂਰੀ ਤਰ੍ਹਾਂ ਖੂਨੀ ਕਾਂਡ ਲਈ ਪੰਜਾਬ ਪ੍ਰਸ਼ਾਸਨ ਤੇ ਸਰਕਾਰੀ ਹਥਿਆਰਬੰਦ ਦਸਤਿਆਂ ਨੂੰ ਇੱਥੇ ਦੋਸ਼ੀ ਠਹਿਰਾਇਆ ਪੂਰਾ। ਅਖਬਾਰੀ ਨੁਮਾਇੰਦਿਆਂ ਦੇ ਕੋਲ ਵਾਜਪਾਈ ਕਹਿੰਦਾ ਕਿ ਮਲੇਰਕੋਟਲਾ ਦੇ ਕੁੱਪ ਕਲਾਂ ਚ ਪੁਲਿਸ ਦੁਆਰਾ ਰਚੀ ਗਈ ਵਿਨਾਸ਼ ਲੀਲਾ ਦੇਖ ਕੇ ਮੈਨੂੰ ਬਹੁਤ ਸਦਮ ਪਹੁੰਚੇ। ਕਾਮਰੇਡ ਸੁਰਜੀਤ ਨੇ ਕਿਹਾ ਪੁਲਿਸ ਦੇ ਅਤਿਆਚਾਰ ਦਿਲ ਦਹਿਲਾ ਦਾਉਣ ਵਾਲਾ। ਉਹਨਾਂ ਦਿਨਾਂ ਚ ਪਟਿਆਲੇ, ਰਾਜਪੁਰੇ, ਡੇਰਾ ਬਸੀ, ਫਗਵਾੜਾ, ਫਿਰੋਜ਼ਪੁਰ, ਉੱਥੇ ਵੀ ਸ਼ਾਂਤਮਈ ਅੰਦੋਲਨਕਾਰੀਆਂ ਤੇ ਸਿੱਧੀਆਂ ਗੋਲੀਆਂ CRP ਨੇ ਮਾਰੀ ਤੇ 20 ਤੋਂ ਵੱਧ ਸਿੱਖ ਇੱਕ ਦਿਨ ਚ ਮਾਰੇ। ਹੁਣ ਇਹਦੇ ਬਾਅਦ ਰਹਿੰਦਾ ਕੀ ਹੈ? ਜਦ ਹੁਣ ਧਰਮ ਯੁੱਧ ਮੋਰਚੇ ਦੇ ਅਮਲ ਦੇ ਵਿੱਚ ਹੱਕਾਂ ਦੀ ਆਪਣੀ ਗੱਲ ਕਰੇ, ਸ਼ਾਂਤਮਈ ਗੱਲ ਹੈ, ਕਿਸੇ ਵੀ ਲੀਡਰ ਨੇ ਕਿਸੇ ਵੀ, ਹਾਂ ਸੰਤ ਜਰਨੈਲ ਸਿੰਘ ਆਪਣੀਆਂ ਕੈਸਟਸ ਦੇ ਵਿੱਚ ਧੱਕੇ, ਜਿਹੜਾ ਸ਼ਰੀਨ ਧੱਕਾ ਹੋ ਰਿਹਾ ਉਹਦੀ ਤਸ਼ਵੀਰ ਜ਼ਰੂਰ ਦਿੰਦੇ ਸੀ। ਜੇ ਇੰਦਰਾ ਇਹ ਕਹਿੰਦੀ ਸੀ ਵੀ ਤੈਨੂੰ ਸਾਨੂੰ ਪੰਜਾਬ ਤੇ ਬਾਹਰਲੇ ਬੈਠੇ ਸਿੱਖਾਂ ਵੱਲ ਨਿਗਾਹ ਮਾਰ ਲੈ, ਇਹੀ ਨਹਿਰੂ ਨੇ ਕਹੀ ਸੀ ਜਾਂ ਪੰਜਾਬੀ ਦੇ ਵੱਧ ਸੂਬਿਆਂ ਦੀ ਗੱਲ ਕੀਤੀ ਸੀ ਨਾ, ਨਹਿਰੂ ਨੇ ਵੀ ਇਹੀ ਗੱਲ ਕੀਤੀ ਸੀ, ਜਿਹੜੇ ਬਾਹਰ ਸਿੱਖ ਬੈਠੇ ਨੇ ਇਹਨਾਂ ਦਾ ਕੀ, ਇਉਂ ਹੀ ਉਹਦੀ ਧੀ ਨੇ ਗੱਲ।
देश की प्रधानमंत्री जी की सब तो वड्डी जिम्मेवारी है जे वह कहता भी नॉन पंजाब तो बाहर बैठे सिखां दा देखला की हो ते एक कौम दी दी एक टकसाल दा जथेदार उहने कहता फिर साडे तू भी देख ला पंजाब च किन्ने हिंदू वसदे आ। हुण इस गल नूं माशियां ने यह गल दा ना तो संत ने किसे हिंदू नूं शहीद किया हाँ देश की प्रधानमंत्री पंजाब तो बाहर बैठे सिख ते जुल्म करन लई गल कह रही है पर कोई गल तो हुई नहीं किसी भी आर्गूमेंट दे विच गर्म बयान दिते जा रहे पर उना ते फिर पूरी जिहड़ी जिन्ने भी दिल्ली वाले पत्रकार सी ते जलंधर वाले सी उन्हां ने फिर सिर फिरे कातल देश दे जिहड़े ने गदार 193 सिर देण वाले गदार किवें हो गए दिनां दे विच ही इस गल की बहुत वड्डी एक जिहड़ी समझ किसी नूं नहीं आई क्योंकि एक होर दुख की कहानी यह सी लोकां तक पहुंचण वाला की सी आल इंडिया रेडियो दूरदर्शन का टीवी ते माशियां दे चार अखबार अजीत कदे सिखां दे हक दा सी कदे किसे दे हक दा सी कोई नरोल पंथ दा कोई पेपर नहीं सी ताही तां पेपर वालिआं दी अज अरबां दीआं जायदादां ने जलंधर दे विच देखी तां सही कदे अजीत होवे जां माशियां दा होवे कोई हो जायदादां वेख्यो राज सभा दीआं मैंबरीआं फलाणा जे ते बो उन्हां दे चेले बाल के इत्थे बथेरे आए होए ने इन्ह अखबारों के उन्होंने सोच देखियो कद इत लिख दें फेसबुक वो क्योंकि अनरिच दो इस तरह ही यह मशीन है हम नहीं हो सकता भी दयाल ते ब्राड जिहड़े एक सिख दे तौर पर भर्ती होए कमिशन होए लैफ्टिनेंट जनरल ने वह अपने मुकद्दर स्थान पर कर सकते ने हमला नहीं पर वो एक रोबोट वांगू उन्होंने ट्रेनिंग यह आवे देश की बस देश देश ते देश भगत ते देश की अखंडता ते अखंडता ते अखंडता बस उहदा कोई मतलब नहीं किसी धर्म के नाम सो इहदे ते जद जुल्म होया उस तो बाद बस फिर वह कशीदगी जिहड़ी वधदी 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 यह पहला भी होया फिरकू रहना है ये रहना वो रहना अच्छा पंजाब दे विच उहनां दिनां दे विच जद 4 अप्रैल नूं इह कुछ होया उत्तरी भारत दीआं जिहड़े जिहड़े बहुत गर्म ख्याली हिंदू कट्टरपंथी ताकतां सी ते उहनां ने भी अपना गम तेज कर लिया अमृतसर दे दरगाणा मंदर जलंधर दे देवी तराम मंदर च लुधियाणा दे शिव मंदर दे विच उहनां ने दफ्तर अपने बना ले ते पटियाला च 1983 दी रामनौमी च हिंदू सुरक्षा समिति ने जलूस एक कढ़िया नंगा सिख विरोधी बिल्कुल फिरकू रुख तैयार करता सिखां दीआं दुकानां नूं अग लाता दो राहगीर जांदे सिख उह जानों मारते हालांकि हिंदुआं नूं तां सिख तां कुछ नहीं सी कह रहा उह च ठीक है डिक्टेटर दे तौर ते संत हरजन सिंह लौंगोवाल नहीं सी कह रहे संत भिंडरांवालिआं ने किसे थ्रैट नहीं किसे नूं कीता ਵੀ ਅਸੀਂ ਤੁਹਾਨੂੰ ਆਹ ਕਰ ਦਿਆਂਗੇ ਪਰ ਸਿੱਖਾਂ ਦੀਆਂ ਦੁਕਾਨਾਂ ਜਦ ਉਹਨਾਂ ਤੇ ਜਿਹੜੀਆਂ ਜਿਹੜੀਆਂ ਸਾੜਤੀਆਂ ਪਟਿਆਲੇ ਚ ਹਿੰਦੂ ਤੇ ਸਿੱਖਾਂ ਦਾ ਫਸਾਦ ਖੜਾ ਹੋ ਗਿਆ 2 ਮਈ ਨੂੰ ਸਿੱਖਾਂ ਨੇ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਦਿਹਾੜੇ ਤੇ ਵੱਡੇ ਬਾਜ਼ਾਰਾਂ ਚ ਲਾਊਡ ਸਪੀਕਰ ਲਾ ਕੇ ਗੁਰਬਾਣੀ ਦਾ ਕੀਰਤਨ ਕੀਤਾ ਤੇ ਅਦਾਲਤ ਬਾਜ਼ਾਰ ਦੇ ਇੱਕ ਹਿੰਦੂ ਦੁਕਾਨਦਾਰ ਨੇ ਲਾਊਡ ਸਪੀਕਰ ਦੀਆਂ ਤਾਰਾਂ ਕੱਟ ਇਹਦੇ ਚ ਸਿੱਖ ਨੌਜਵਾਨਾਂ ਨੇ ਗਾਹਾਂ ਪੱਧਰ ਕਰਕੇ ਉਸ ਦੁਕਾਨਦਾਰ ਦੀ ਦੁਕਾਨ ਨੂੰ ਅੱਗ ਲਾ ਦਿੱਤੀ ਤੇ ਬਸ ਇਸੇ ਦੌਰਾਨ ਜਿਹੜਾ ਮਾਮਲਾ ਇੱਕ ਦੂਜੇ ਨਾਲ ਮਗ ਤੁਰਿਆ ਇੱਕ ਹਫ਼ਤਾ ਰਿਹਾ 5 ਮਈ ਨੂੰ ਦੰਗੇ ਕਰ ਰਹੀ ਭੀੜ ਤੇ ਹਿੰਦੂ ਭੀੜ ਤੇ ਪੁਲਿਸ ਨੇ ਗੋਲੀ ਚਲਾਤੀ ਇੱਕ ਹਿੰਦੂ ਨੌਜਵਾਨ ਦੀ ਜਿਹੜੀ ਮੌਤ ਹੋ ਪੰਜਾਬ ਪੁਲਿਸ ਤੇ ਫਿਰਕੂ ਪੱਖਪਾਤ ਲਾਉਣ ਲਈ ਜਿੰਨੀਆਂ ਸੁਰੱਖਿਆ ਸੰਮਤੀਆਂ ਸੀ ਇਹਨਾਂ ਨੇ ਦੋਸ਼ ਲਾਤੇ ਪੰਜਾਬ ਪੁਲਿਸ ਨੂੰ ਹਟਾ ਕੇ ਕਹਿੰਦੇ CRP ਲਿਆਓ ਇਹ ਜ਼ੋਰ ਇਸ ਗੱਲ ਨੇ ਪਾਤਾ ਤੇ ਇਹਨਾਂ ਇਸੇ ਦੌਰਾਨ ਦੋਨੇ ਭਾਈਚਾਰਿਆਂ ਦੇ ਵਿੱਚ ਜਿਹੜੀ ਆ ਦਰਾੜ ਹੋਰ ਵੱਧ ਗਈ ਤੇ ਇਹ ਪਹਿਲਾਂ ਵੀ ਹੁੰਦੀ ਸੀ 60ਵਿਆਂ ਚ ਵੀ ਜਿਹੜੇ ਆ ਫਿਰਕੂ ਤੇ ਅਫਿਰਕੂ ਦੋਨੇ ਹੀ ਸੰਤ ਫਤਿਹ ਸਿਓ ਤੇ ਮਾਸਟਰ ਤਾਰਾ ਸਿਓ ਫਿਰਕੂ ਉਹ ਫਿਰਕੂ ਫਿਰਕੂ ਉਹ ਫਿਰਕੂ ਜਦ ਸਿੱਖਾਂ ਦੀ ਮੰਗ ਲੈਂਦੇ ਉਹ ਕਹਿੰਦੇ ਤਾਂ ਫਿਰਕੂ ਨੇ ਮੁਸਲਿਮ ਲੀਗ ਵਾਲਿਆ ਗੱਲ ਕਰ ਰਹੇ ਨੇ ਉਹ ਜਦ ਮੁਸਲਿਮ ਲੀਗ ਦੀ ਕਹਿੰਦੇ ਉਹ ਦੋਨੇ ਫਿਰ ਕਹਿੰਦੇ ਨਹੀਂ ਅਸੀਂ ਨੀ ਕਰਦੇ ਅਸੀਂ ਕੱਟਣ ਨੀ ਅਸੀਂ ਤੁਹਾਡੇ ਨਾਲ ਹਾਂ ਅਸੀਂ ਆਪਾਂ ਇਕੱਠੇ ਰਹਿਣਾ ਤੇ ਪਰ ਹੁਣ ਇਸ ਜਗ੍ਹਾ ਤੇ
ਵੀ ਫਿਰਕੂ ਤੇ ਫਿਰਕੂ ਦੇ ਚੱਕਰ ਚ ਸੰਤ ਜਰਨੈਲ ਸਿੰਘ ਖਾਲਸਾ ਕਹਿ ਜਿਹੜੇ ਨੇ ਉਹ ਸਿੱਧੇ ਹੋ ਗਏ, ਉਹ ਕਹਿੰਦੇ ਜਿਹੜਾ ਕੁਛ ਮਰਜ਼ੀ ਕਹਿਣਾ ਕਹਿ ਲਓ ਪਰ ਮੈਂ ਕੌਮ ਦੇ ਲਈ ਆਪਣੇ ਲਈ ਪਿੱਠ ਨੀ ਕਰਨੀ, ਜਿੰਨਾ ਤੁਹਾਡੇ ਤੋਂ ਕੁਛ ਹੋਣਾ ਉਹ ਕਹਿ ਲਓ। ਤੇ ਜਿਹੜੀਆਂ ਮੀਟਿੰਗਾਂ ਦਾ ਜਿਹੜਾ ਦੌਰ ਸ਼ੁਰੂ ਹੋਇਆ ਉਹਦੇ ਵਿੱਚ ਸਭ ਤੋਂ ਜਿਹੜੀ ਬਦਕਾਰ ਭੂਮਿਕਾ ਨਿਭਾਈ ਉਹ ਰਜਿੰਦਰ ਭਾਟੀਆ ਨੇ ਨਿਭਾਈ, ਸੁਚਿੱਤਰ ਕੌਮੀ ਏਕਤਾ ਵਾਲੇ ਨੇ, ਮਾਸਕਰ ਸਾਲੇ ਵਾਲੇ, ਉਹਨੇ ਇਹ ਜਿਹੜੀਆਂ ਗੱਲਾਂ ਤੋਰੀਆਂ। ਅੱਛਾ, ਜਿਹੜਾ ਪੰਜਾਬੀ ਗਰੁੱਪ ਮੈਂ ਪਹਿਲਾਂ ਵੀ ਦੱਸਿਆ, ਇੰਦਰ ਕੁਮਾਰ ਗਜਰਾਲ, ਜਗਜੀਤ ਸਿੰਘ ਅਰੋੜਾ ਲੈਫਟੀਨੈਂਟ ਜਨਰਲ, ਕੁਲਦੀਪ ਨਈਅਰ, ਰਜਿੰਦਰ ਸੱਚਰ, ਨਿਰਮਲ ਮੁਖਰਜੀ, ਰਜਿੰਦਰ ਸਰੀਨ, ਜਸਟਰ ਰਣਜੀਤ ਨਰੂਲਾ, ਅਰਜਨ ਸਿੰਘ, ਏਅਰ ਚੀਫ ਮਾਰਸ਼ਲ ਮਹੀਪ ਸਿੰਘ, ਤੇ ਇਹ ਜਿਹੜੇ ਨੇ ਇਹ ਇਹ ਪੰਜਾਬੀ ਗਰੁੱਪ ਜਿਹੜਾ ਸੀ ਇਹ ਸੰਤ ਬਿੰਡਰਾਲਾ ਦੇ ਖਿਲਾਫ ਤੇ ਇੰਦਰਾ ਦੇ ਹੱਕ ਦੇ ਵਿੱਚ ਗੱਲ ਕਰਦਾ ਸੀ। ਤੇ ਇਸੇ ਤਰ੍ਹਾਂ ਹੀ ਜਿਹੜੀ ਵੱਡੀ ਭੂਮਿਕਾ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਵੀ ਇਸ ਦੌਰਾਨ, ਕਿਉਂਕਿ ਉਹ ਅਕਾਲੀਆਂ ਨੂੰ ਫਿਰਕੂ ਪਾਸੇ ਜਾਣ ਦਾ ਜਿਹੜਾ ਉਹ ਰੁਝਾਨ ਤੋਂ ਤਿਆਗਣ ਦੀ ਗੱਲ ਜਿਹੜੀ ਕਰਦੇ, ਫਿਰਕੂ ਫੈਡਰਲਿਜ਼ਮ ਤੇ ਖੇਤਰੀ ਪਾਰਟੀਆਂ ਦੇ ਵਾਧੇ ਲਈ ਜਿਹੜੇ 16 ਪਾਰਟੀਆਂ ਦਾ ਬਹੁਤ ਵੱਡਾ ਪ੍ਰੋਗਰਾਮ ਸੀ ਜਿਹਨਾਂ ਨੂੰ ਖਤਮ ਕੀਤਾ ਫਿਰ ਮਈ ਦੇ ਵਿੱਚ 84 ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ 84 ਦੇ ਪਹਿਲੇ ਹਫ਼ਤੇ ਨਾ ਅਕਤੂਬਰ ਦੇ ਸੋਰੀ 83 ਦੇ ਵਿੱਚ ਬਹੁਤ ਵੱਡੀਆਂ ਮੀਟਿੰਗਾਂ ਵਿਜੇਵਾੜਾ ਤੇ ਸ੍ਰੀਨਗਰ ਦੇ ਵਿੱਚ 16 ਪਾਰਟੀਆਂ ਇਕੱਠੀਆਂ ਹੋ ਗਈਆਂ ਜਿਹੜੀਆਂ ਇੰਦਰਾ ਦੇ ਖਿਲਾਫ ਹੋ ਗਈਆਂ ਵੀ ਤੂੰ ਜ਼ੁਲਮ ਕਰਦੀ ਆ, ਵੱਧ ਖੇਤਰੀ ਜਿਹੜੇ ਅਧਿਕਾਰਾਂ ਦੀ ਗੱਲ, CPI ਵੀ ਉਹਦੇ ਵਿੱਚ। ਪਰ ਢਿੱਲਵਾਂ ਕਾਂਡ ਨੇ ਜਿਹੜੀ 7 ਅਕਤੂਬਰ ਦੀ ਵੱਡੀ ਮੀਟਿੰਗ ਸੀ ਸ੍ਰੀਨਗਰ ਦੇ 6 ਜੂਨ ਨੂੰ ਢਿੱਲਵਾਂ ਦੇ ਵਿੱਚ ਬੱਸ ਦੇ ਵਿੱਚੋਂ 6 ਬੇਕਸੂਰੇ ਹਿੰਦੂਆਂ ਨੂੰ ਕੱਢ ਕੇ ਜਦ ਗੋਲੀ ਮਾਰਤੀ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਦਿਨ ਚ ਬਦਲ ਗਈਆਂ ਵਪਾਰਕ ਸੰਦੇਸ਼ ਤੋਂ ਬਾਅਦ ਵਾਪਸ। ਹੁਣ ਗੱਲ ਇੱਥੇ ਆ ਕੇ ਖੜ ਗਈ ਕਿ ਮੋਰਚੇ ਦੇ ਦੌਰਾਨ ਹੁਣ ਸਖਸ਼ੀ ਜਿਹੜੀ ਕਹਾਣੀ ਆ ਗਈ ਸੰਤ ਜਰਨੈਲ ਸਿੰਘ ਉਹਨਾਂ ਦੀ ਸਪਸ਼ਟਤਾ ਤੇ ਨੌਜਵਾਨ ਵਰਗ ਦੀ ਰਹਿਨਮਾਈ ਕਰਦੇ ਸੰਘਰਸ਼ ਜਿੱਥੇ ਗਰਮ ਹੋਇਆ ਉਹਨਾਂ ਦੀ ਜਗ੍ਹਾ ਬਹੁਤ ਬਣੀ। ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਸੀ ਕੋਈ ਘਰੇ ਬਹਿ ਗਿਆ, ਕੋਈ ਬਿਲਕੁਲ ਲੋਕ ਉਹਦੀ ਗੱਲ ਤੋਂ ਉਹਨਾਂ ਨੂੰ ਬੇਅਸਰ ਕਰਨ ਲੱਗ ਗਏ, ਹੁਣ ਉਹ ਚੀਜ਼ ਦੁੱਖ ਦੇਣ ਲੱਗ ਗਈ। 1970 ਮਿਆਂ ਦੇ ਵਿੱਚੋਂ ਜਿਹੜੇ ਚੀਫ ਮਿਨਿਸਟਰ ਬਣਦੇ ਆਏ ਪ੍ਰਕਾਸ਼ ਸਿੰਘ ਬਾਦਲ ਅੱਗੇ, ਉਹਨਾਂ ਨੂੰ ਤੰਗੀ ਇਹ ਗੱਲ ਦੀ ਜਿਹੜੀ ਹੋਣ ਲੱਗ ਗਈ ਵੀ ਅਸੀਂ ਤਾਂ ਕਿਤੇ ਵੀ ਨਹੀਂ ਹੈ, ਸਾਡਾ ਨਾਂ ਨਾ ਥੇ ਤਾਂ ਇਕੱਲਾ ਹੀ ਸੰਤ ਹੈ। ਉਹ ਵੀ ਚੀਜ਼ ਹੋ ਗਈ ਉਧਰੋਂ ਇੰਦਰਾ ਔਖੀ ਹੋ ਗਈ ਵੀ ਮੇਰੇ ਹਰ ਸ਼ਬਦ ਨੂੰ ਮੂਹਰਿਓਂ ਰੋਕਦਾ, ਹਰ ਇੱਕ ਗੱਲ ਦੀ ਤਸ਼ਵੀਰ ਦਿੰਦਾ ਹੈ। ਵਿੱਚੇ ਕੋਈ ਤਵਲੀਨ ਸਿੰਘ ਵਰਗੀ ਆ ਗਈ, ਕੋਈ ਕੁਛ ਆ ਗਈ, ਤਵਲੀਨ ਸਿੰਘ ਕਹਿੰਦੀ ਤੁਸੀਂ ਹਥਿਆਰ ਲਈ ਫਿਰਦੇ ਹੋ, ਕਹਿੰਦੇ ਹੱਥ ਚ ਤੇਰੇ ਕੀ ਆ, ਉਹ ਕਹਿੰਦੀ ਪੈਨ ਨਾ, ਕਹਿੰਦੀ ਲਿਆ ਫਿਰ ਫੜਾ ਦੇ ਪੈਨ ਤੇ ਹੁਣ ਲਿਖ ਕੇ ਦਿਖਾ। ਸਾਡਾ ਇਹ ਜਨਮ ਸਿੱਧ ਅਧਿਕਾਰ ਹੈ, ਸੋਵਰਨ ਆ, ਅਸੀਂ ਜੰਮੇ ਇਸ ਤਰ੍ਹਾਂ, ਸਾਡੇ ਸ਼ਸਤਰ ਲੈ ਕੇ ਅਸੀਂ ਤੁਰਨਾ, ਸਾਡੇ ਪਿਓ ਨੇ ਕਿਹਾ ਵੀ ਸਿਰ ਤੇ ਉੱਪਰ ਸਾਡੇ ਮੂੰਹ ਸਿਰੇ ਤੇ ਬਾਲ ਤੇ ਜਿਹੜਾ ਸ਼ਸਤਰ ਅਸੀਂ ਲੈ ਕੇ ਤੁਰਨਾ, ਭੇਡ ਕਿਹਾ ਜਿਹਦੇ ਕੋਲ ਸ਼ਸਤਰ ਤੇ ਕੇਸ ਨੀ ਹੈ, ਤੇ ਸਾਡੇ ਪੀਰ ਨੇ ਉਸ ਸਮੇਂ ਯਾਤਰੇ ਕਿਰਪਾਨਾ ਸੀ 17ਵੀਂ ਸਦੀ ਚ, ਹੁਣ ਦੇ ਸਮੇਂ ਦੇ ਵਿੱਚ ਜੇ ਆਲ ਮੂਰਲਿਆਂ ਦੇ ਕੋਲ 303 ਨੇ, ਸਾਡੇ ਕੋਲ ਵੀ ਨੇ ਹਥਿਆਰ ਜਿਹੜੇ ਨੇ ਇਲੀਗਲ ਨਹੀਂ, ਅਸੀਂ ਤਾਂ ਲਾਇਸੈਂਸ ਸਾਡੇ ਬਣਾਏ ਹੋਏ ਨੇ। ਜਿਉਂ ਜਿਉਂ ਮਤਲਬ ਜਦ ਤੁਸੀਂ ਫਿਰ ਆਪਾਂ ਦੋ ਗਰੁੱਪਾਂ ਦਾ ਝਗੜਾ ਲਾ ਲਓ ਲੋਕਲ, ਆ ਜਵਾਕ ਸਾਡੇ ਲੜ ਰਹੇ ਨੇ ਨਾ, 20 ਜਵਾਕ ਨੇ, ਸਿਰਫ ਕੌਮ ਤਾਂ ਨੀ ਲੜ ਰਹੀ, 20 ਜਵਾਕ ਲੜ ਰਹੇ ਨੇ, 30 ਜਵਾਕ ਨੇ, ਮਿੰਨਤਾਂ ਕਰਦੇ ਆ ਸਾਰੇ ਮਾਪਿਆਂ ਨੂੰ, ਯਾਰ ਇਕੱਠੇ ਹੋ ਜਾਓ, ਇਹਨਾਂ ਨੂੰ ਆਪਾਂ ਘਰੇ ਲੈ ਆਈ, ਮੁੜ ਰਹੇ ਨੇ, ਹਰ ਹਫ਼ਤੇ ਕਿਸੇ ਦੇ ਫਿਊਨਰਲ ਤੇ ਜਾਂਦੇ ਆ। ਉੱਥੇ ਇੱਕ ਨੇਸ਼ਨ ਦੀ ਗੱਲ ਹੈ, ਕੌਮ ਹੈ ਜਿਹਦੇ ਜ਼ੁਲਮ ਹੋ ਗਿਆ, ਜਿਹੜੇ ਹੁਣ ਉਹਨਾਂ ਨੂੰ ਤਾਂ ਸੰਤਾਂ ਨੂੰ ਕਹਿਣ ਦੀ ਨਾ ਲੋੜ, ਜਿਹੜੇ ਕੁੱਪ ਰਸਤਾ ਰੋਕੋ ਅੰਦੋਲਨ ਤੇ ਸੰਤ ਡਿਕਟੇਟਰ ਦੇ ਲੌਂਗੋਵਾਲ ਦੇ ਕਹਿਣ ਤੇ ਜਿਹਨਾਂ ਦੇ ਗੋਲੀਆਂ ਸਿੱਧੀਆਂ ਲੱਗੀਆਂ, 20 ਟੱਪਰ ਮਰ ਗਏ, 20 ਦੇ ਜਿਹਨਾਂ ਨੇ ਜੀ ਮਰ ਗਏ, 20 ਦੇ ਜੇ ਜਵਾਕ ਘਰੇ ਹੋਣਗੇ, ਉਹਨਾਂ ਨੂੰ ਸੰਤਾਂ ਨੂੰ ਕਹਿਣ ਦੀ ਤਾਂ ਨੀ ਲੋੜ ਵੀ ਤੁਸੀਂ ਗਰਮ ਹੋ ਜਾਓ, ਉੱਜੜ ਗਏ ਘਰਾਂ ਨੂੰ, ਜਦ ਉਹਨਾਂ ਦੇ ਅੱਗ ਲਾ ਦਿੱਤੀ ਟਰੈਕਟਰਾਂ ਨੂੰ। ਜੇ ਤੁਸੀਂ ਕਹਿੰਦੇ ਹੋ ਵੀ ਹਥਿਆਰਬੰਦ ਸੰਘਰਸ਼ ਵੀ ਮਾੜਾ, ਇਹ ਅੱਤਵਾਦੀ ਨੇ ਸਿਰ ਫਿਰੇ ਨੇ, ਜੇ ਸੜਕ ਤੇ ਬਹਿੰਦੇ ਨੇ ਤਾਂ ਤੁਸੀਂ ਟਰੈਕਟਰਾਂ ਨੂੰ ਅੱਗ ਲਾਓਗੇ, ਬੰਦਾ ਜਾਊ ਕਿੱਥੇ ਨੂੰ? ਸੋ ਉਹ ਜਿਹੜਾ ਪਾੜ ਵੱਧਦਾ ਗਿਆ, ਮੀਟਿੰਗਾਂ ਜਿਹੜੀਆਂ ਸ਼ੁਰੂ ਕਰਾਈਆਂ ਅਕਾਲੀ ਸਰਕਾਰ ਨੇ, ਰਜਿੰਦਰ ਭਾਟੀਆ ਨੇ ਕਰਾਈਆਂ, ਸਭ ਤੋਂ ਪਹਿਲਾਂ ਜਨਵਰੀ 83 ਤੋਂ ਫਰਵਰੀ 84 ਤੱਕ 3 ਧਿਰੀ ਗੱਲਬਾਤ ਦੇ 10 ਘੱਟੋ ਘੱਟ ਦੌਰ ਚੱਲੇ,
16 नवंबर 82 तो 26 मई 84 तक डेढ़ साल च नौ उच्च पद्धरियां जिहड़ियां आगुआं दी मीटिंग होईयां, सारियां मीटिंगां दा संतां नूं पता सी, पर उहनां ने किसे नूं नहीं रोकिया। वो कहिंदे करो समझौता जे हुंदा, पर मेरे खीसे दे विच आनंदपुर साहिब दा मता इदों घट नहीं तुसीं गल करके आ सकदे। हुण टांडिया दी जां भांडिया दी इक्को ही गल हो, क्योंकि 47 तो सफर बहुत लंबा सी 40 सालां दे करीब, ਜਿਹਦੇ ਵਿੱਚ ਵਿਸਾਖਾਤ ਦੀਆਂ ਗੱਲਾਂ ਇਹ ਜੀ ਜਰਾਇਮ ਪੇਸ਼ਾ ਕੌਮ ਆ ਜੀ, ਹੁਣ ਤੁਸੀਂ ਮੂੰਹ ਨੂੰ ਜੂਸ ਲਾ ਲਓ ਜੀ, ਹੁਣ ਆ ਗਿਆ ਜਹਾਜ਼ ਹੁਕਮ ਸਿਉਣੀ ਆ ਗਏ, ਯਾਦਵਿੰਦਰ ਪਟਿਆਲੇ ਵਾਲਾ ਆ ਗਿਆ, ਦੁੱਗਲ ਆ ਗਿਆ, ਹੁਣ ਤੂੰ ਛੱਡ ਦੇ ਫਤਿਹ ਸਿਆਂ, ਹੁਣ ਤਾਰਾ ਸਿਆਂ ਤੂੰ ਛੱਡ ਦੇ, ਤੇ ਮਤਲਬ ਉਹ ਚੀਜ਼ ਬਿਲਡ ਹੋ ਰਹੀ ਸੀ ਉੱਧਰ ਅਕਹਿਰੀ ਕੌਮ ਦੇ ਵਿੱਚ, ਬਈ ਵਨ ਸਟੇਟ ਵਨ ਨੇਸ਼ਨ ਤੇ ਸਟੇਟ ਇੱਕ ਹੀ, ਇੰਦਰਾ ਦਾ ਆਪਣਾ ਚੱਕਰ ਚੱਲ ਰਿਹਾ ਸੀ। ਸ਼ਖਸੀ ਸ਼ਖਸੀਅਤਾਂ ਦੇ ਵੀ ਟਾਕਰੇ, ਜਿੱਥੇ ਇੰਦਰਾ ਕਹਿੰਦੀ ਸੀ ਮੈਨੂੰ ਚੈਲੰਜ, ਮੇਰੀ ਤਕੜੀ ਨੂੰ ਚੈਲੰਜ, ਉੱਥੇ ਸੰਤ ਜਰਨੈਲ ਸਿੰਘ ਕਹਿੰਦੇ ਤੇਰੇ ਤੂੰ ਹੈ ਕੀ, ਤੂੰ ਤਾਂ ਮੂੰਹ ਚ ਘਾ ਲੈ ਕੇ ਆਵੇਂਗੀ ਦਿੱਲੀਓ ਜੇ ਮੇਰੇ ਨਾਲ ਦੇ ਤੈਨੂੰ ਪਿੱਠ ਤੋਂ, ਮੇਰੇ ਪਿੱਠ ਤੋਂ ਜਾ ਕੇ ਮਿਲਣੋਂ ਹਟ ਜਾ, ਤੇਰੇ ਬਸ ਦੀ ਕੀ ਗੱਲ ਹੈ, ਤੇਰੇ ਲਈ ਜੇ ਪਾਂਡੇ ਹੋਣੀ ਜਹਾਜ਼ ਅਗਵਾਹ ਕਰਦੇ ਨੇ ਤੂੰ MLA ਬਣਾਉਣੀ ਹੈ, ਤੇ ਮੇਰੇ ਲਈ ਜੇ ਕਰ ਲਏ ਆਪਣੇ ਇਸ ਲਈ ਕਰਦੇ ਤੁਸੀਂ ਗੋਲੀਆਂ ਮਾਰਦੇ, ਇਹ ਕੀ ਕਹਾਣੀ ਹੈ। ਸੋ ਉਹ ਜਿਹੜੀਆਂ ਚੀਜ਼ਾਂ ਸੀ ਉਹ ਮਤਲਬ ਕਾਟ ਕਰਦੀਆਂ ਰਹੀਆਂ। ਕਾਮਰੇਡ ਹਰਕਿਸ਼ਨ ਸੁਰਜੀਤ ਨੇ ਅਕਾਲੀਆਂ ਨੂੰ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਇਹਦੇ ਤੋਂ ਵਿਦਡਰਾ ਕਰੋ ਆਪਣੀ ਸਪੋਰਟ ਸੰਤ, ਉਹ ਗੱਲ ਉਸ ਜਗ੍ਹਾ ਤੇ ਜੋ ਵਿਦਡਰਾ ਕਰ ਵੀ ਲੈਂਦੇ, ਕਿਹੜਾ ਵਿਦਡਰਾ ਕਰ ਲੈਣਾ, ਸਾਰੇ ਖਤਮ, ਜ਼ੀਰੋ ਤਾਂ ਹੋਏ ਪਏ ਸੀ ਲੋਕਾਂ ਦੇ ਸਾਹਮਣੇ, ਕਿਹਦੀ ਸੁਣਦਾ ਸੀ ਕੋਈ, ਕੋਈ ਨੀ ਸੁਣਦਾ। ਜਿਹੜੀ ਕਦੇ ਮੁੜ ਮੁੜ ਕੇ ਵੀ ਕਹੀ ਜਾਂਦੇ ਵੀ ਅਕਾਲੀਆਂ ਦੇ ਉਹਨੇ ਕਿਹਾ ਦਰਬਾਰ ਸਾਹਿਬ ਤੇ ਹਮਲਾ ਕਰ ਲਈ, ਮੈਂ ਉਸ ਗੱਲ ਨੂੰ ਨਿੱਜੀ ਤੌਰ ਤੇ ਨੀ ਮੰਨਦਾ। ਅਕਾਲੀਆਂ ਦੀ ਉੱਥੇ ਕੀ ਸਿਚੁਏਸ਼ਨ ਸੀ, ਅਕਾਲੀਆਂ ਦੇ ਕਹਿਣ ਤੇ ਇੰਦਰਾ ਨੇ ਕੀ ਕਰ ਲੈਣਾ ਸੀ, ਅਕਾਲੀਆਂ ਦੀ ਕੀ ਕਹਿਣ ਦੀ ਉਹਨੂੰ ਜ਼ਰੂਰਤ ਸੀ, ਉਹਨਾਂ ਤੋਂ ਕਹਾਉਣ ਦੀ ਕੀ ਜ਼ਰੂਰਤ ਸੀ। ਅਕਾਲੀਆਂ ਨਾਲ ਤਾਂ ਮੀਟਿੰਗਾਂ ਇੱਕ ਪਾਸਿਓਂ ਕਰ ਰਹੀ ਸੀ, ਜਿਹੜੀਆਂ ਮੇਨ ਮੀਟਿੰਗਾਂ 24 ਤੋਂ 26 ਤੱਕ ਹੋਈਆਂ, 84 ਤੱਕ, 24 ਜਨਵਰੀ 84 ਤੋਂ 26 ਮਈ ਤੱਕ 4 ਮਹੀਨਿਆਂ ਦੇ ਵਿੱਚ ਉੱਚ ਪੱਧਰੀਆਂ 6 ਮੀਟਿੰਗਾਂ, ਜਿਹ ਚ ਗੁਰਚਰਨ ਸਿੰਘ ਤੌੜਾ, ਪ੍ਰਕਾਸ਼ ਸਿੰਘ ਬਾਦਲ, ਸੁਦੀਪ ਸਿੰਘ ਬਰਨਾਲਾ ਤੇ ਰਵਿੰਦਰ। ਦੂਜੇ ਬੰਨੇ ਜਿਹੜੇ ਉਹਨਾਂ ਚ ਮੇਨ ਨਰਸਿਮਾ ਰਾਓ, ਪ੍ਰਣਾਬ ਮੁਖਰਜੀ ਦੋਨੇ ਵਜ਼ੀਰ, ਪ੍ਰਮੁੱਖ ਸਕੱਤਰ ਜਿਹੜਾ PC ਅਲੈਗਜ਼ੈਂਡਰ, ਕੈਬਨਿਟ ਸਕੱਤਰ ਕ੍ਰਿਸ਼ਨਾ ਸਵਾਮੀ ਰਾਓ, ਇਹ ਜਿਹੜੇ ਨੇ ਸਿੱਧੇ ਕਦੇ ਹਵਾਈ ਅੱਡੇ ਤੇ ਚੰਡੀਗੜ੍ਹ ਮਿਲ ਰਹੇ ਨੇ। ਤੇ ਇਹਦੇ ਚ ਮੈਂ ਬਿਲਕੁਲ ਇਹਨਾਂ, ਚਾਹੇ ਪੋਲੀਟੀਕਲ ਲੀਡਰ ਸੀ ਉਹ, ਬਿਲਕੁਲ ਜੇ ਪੋਲੀਟੀਕਲ ਲੀਡਰਾਂ ਦੇ ਮਨ ਦੇ ਸੀ ਉਹਦੇ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਲਈ, ਅਕਾਲੀ ਚਾਹੁੰਦੇ ਸੀ ਦਰਬਾਰ ਸਾਹਿਬ ਤੇ ਹਮਲਾ, ਅਕਾਲੀ ਕਰਾ ਕੇ ਕਿਵੇਂ ਸਰਵਾਈਵ ਕਰ ਸਕਦੇ ਸੀ ਪੰਥ ਦੇ ਵਿੱਚ, ਕੱਲ ਨੂੰ ਚੀਜ਼ ਬਾਹਰ ਨਿਕਲ ਆਉਂਦੀ, ਜਿਉਂਦੇ ਕਿਵੇਂ ਉਹ, ਕਿਹੜੇ ਪੰਥ ਦੇ ਆਸਰੇ। ਜਿੰਨਾ ਮਰਜ਼ੀ ਬੰਦਾ ਨਿੱਜੀ ਤਰੱਕੀ ਦੇ ਲਈ ਕੁਛ ਕਰਦਾ ਹੋਵੇ, ਪਰ ਉਹ ਕੋਈ ਵੀ ਸਿੱਖ ਇਹੋ ਜਿਹਾ ਨਹੀਂ ਜਿਹੜਾ ਦਰਬਾਰ ਸਾਹਿਬ ਤੇ ਹਮਲੇ ਨੂੰ ਕਹੇ, ਤੇ ਨਾ ਹੀ ਉਹ ਇਸ ਸਿਚੁਏਸ਼ਨ ਦੇ ਵਿੱਚ ਸੀ ਵੀ ਉਹਨਾਂ ਦੇ ਕਹਿਣ ਤੇ ਇੰਦਰਾ ਕਰ ਦੂ ਹਮਲਾ ਜਾਂ ਨਹੀਂ ਕਰ ਦੂ। ਇੰਦਰਾ ਨੇ ਤਾਂ ਜਨਵਰੀ ਚ ਗੱਲ ਕਹਿਤੀ ਸੀ ਵੈਦਿਆਂ ਨੂੰ ਵੀ ਆ ਜਾ ਤਿਆਰੀ ਹੈ, ਚਕਰਾਤੇ ਦੇ ਵਿੱਚ ਗੱਲਾਂ ਹੋ ਰਹੀਆਂ ਸੀ, ਪਹਿਲਾਂ ਇਹ ਸੀ ਵੀ ਉੱਪਰੋਂ ਜਿਹੜੇ ਡਰਾਈਵਰ ਨੇ ਤੇ ਕਮਾਂਡੋ ਲਾ ਕੇ ਸੰਤ ਨੂੰ ਚੱਕ ਲਿਆਵਾਂਗੇ, ਫਿਰ ਅਕਾਲੀਆਂ ਤੋਂ ਵੀ ਕਿਹਾ ਵੀ ਇਹਨੂੰ ਬਾਹਰ ਕਢਾਉਣ ਦੀ ਗੱਲ ਕਰ ਲਓ ਹੁਕਮਨਾਮਾ, ਪਰ ਅਕਾਲੀਆਂ ਦੇ ਵਿੱਚ ਕਿੱਥੇ ਉਹ ਜੁਰਤਾ ਸੀ ਵੀ ਸੰਤ ਨੂੰ ਉਸ ਸਮੇਂ, ਸੰਤ ਵੀ ਇਉਂ ਨੀ ਸੀ ਕਹਿੰਦੇ ਵੀ ਮੈਂ ਬਹੁਤ ਵੱਡੀ ਆਹ ਚੀਜ਼ ਆ, ਪਰ ਸਾਰੀ ਕੌਮ ਸੰਤ ਜਰਨੈਲ ਸਿੰਘ ਦੇ ਨਾਲ ਤੁਰੀ ਹੋਈ ਸੀ, ਉਹਦਾ ਕਾਰਨ ਸੀ, ਉਹਦਾ ਕਾਰਨ 47 ਤੋਂ ਲੈ ਕੇ ਹੋਏ ਜ਼ੁਲਮ ਦੀ ਦਾਸਤਾਂ ਨਾਲ ਚੱਲਦੀ ਸੀ, ਚਾਹੇ ਨਕਸਲ ਲਹਿਰ ਦੀ ਗੱਲ। ਹੁਣ ਜਿਹੜੇ ਧਰਮ ਨੂੰ ਅਫੀਮ ਕਹਿਣ ਵਾਲੇ ਖੱਬੇ ਪੱਖੀ ਮੁੰਡੇ ਸੀ, ਉਹ ਸੰਤ ਜਰਨੈਲ ਸਿੰਘ ਦੇ ਨੇੜੇ ਕਿਉਂ ਚਲੇ ਗਏ ਜਾ ਕੇ, ਕਿਉਂ ਧਰਮ ਦੇ ਵਿੱਚ ਚਲੇ ਗਏ? ਹਰਜਿੰਦਰ 70% ਜਿਹੜੇ ਸਿਰੇ ਦੇ ਖਾੜਕੂ ਰਹੇ ਜਿਹਨਾਂ ਨੇ ਸੰਤ ਜਰਨੈਲ ਸਿੰਘ ਤੋਂ ਬਾਅਦ ਜਿਹੜਾ ਸੰਘਰਸ਼ ਟੇਕ ਓਵਰ ਕੀਤਾ, ਉਹ ਸਿੱਖ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦੇ ਮੁੰਡੇ ਸੀ, ਰਜਿੰਦਰ ਸਿੰਘ ਜਿੰਦੇ ਵਰਗੇ, ਬਾਰੇ ਦੱਸਿਆ ਵੀ ਖਾਲਸਾ ਕਾਲਜ ਉਹਦੀ ਕੀ ਸੋਚਣੀ ਸੀ। ਕਈ ਵਾਰ ਮੂਹਰੇ ਤੁਹਾਨੂੰ ਦੱਸਣ ਵਾਲਾ ਕੋਈ ਹੋਵੇ ਤੇ ਬੰਦੇ ਕਹਿੰਦੇ ਹਾਂ ਹਾਂ, ਹੁਣ ਕੀ ਹੋਇਆ ਪਿਛਲੇ ਉਹੀ ਪੰਜਾਬ ਹੈ, ਕੀ ਕੀਤਾ ਦਿੱਲੀ, ਕਿੱਥੋਂ ਸ਼ੰਭੂ ਤੋਂ ਤੁਰੇ, ਕੀ ਜਿਹੜੇ 40 ਸਾਲਾਂ ਵਾਲੇ ਨੇ 35 ਸਾਲਾਂ ਵਾਲੇ ਨੇ, ਠੀਕ ਆ ਉਹਨਾਂ ਦਾ ਯੋਗਦਾਨ, ਉਹਨਾਂ ਨੇ ਕੰਮ ਕੀਤਾ, ਉਹਨਾਂ ਨੇ ਸਾਰਿਆਂ ਨੇ ਅਕਾਲ ਜਿਹੜਾ ਨੇਤਾਵਾਂ ਨੇ ਕੰਮ ਕੀਤਾ ਯੂਨੀਅਨ ਵਾਲੇ ਨੇ, ਪਰ ਰੂਹ ਕੌਣ ਹੈ ਸੰਘਰਸ਼ ਦੀ? ਨੌਜਵਾਨ, ਨੌਜਵਾਨਾਂ ਬਿਨਾ ਕੀ ਕਰਨੇ, ਪਾਣੀ ਦੀਆਂ ਜਲ ਤੋਪਾਂ ਇਹ 70 ਸਾਲ ਵਾਲੇ ਸਹਾਰ ਲੈਂਦੇ, ਪੱਟ ਦਿੰਦੇ ਬੈਰੀਕੇਡ, ਉਹ ਹਰ ਇੱਕ ਸੰਘਰਸ਼ ਦੀ ਜਾਨ ਹੈ ਨੌਜਵਾਨੀਆਂ, ਸੰਤਾਂ ਦੇ ਨਾਲ ਨੌਜਵਾਨੀ ਜੁੜ ਗਈ ਸਾਰੀ, ਉਹ ਹੁਣ ਪਾਵਰ ਇੰਨੀ ਵਧੀ ਹੋਈ ਸੀ ਜਦ ਬਰਾਬਰ ਇੱਕ
ਉਹ ਕਹਿੰਦੀ ਸੀ ਵੀ ਇੱਕ ਜਥੇਦਾਰ ਛੋਟੀ ਜਿਹੀ ਟਕਸਾਲ ਦਾ ਮੈਨੂੰ ਚੈਲੰਜ ਕਰਦਾ। ਇੰਦਰਾ ਦੀ ਇਹ ਸੀ ਵੀ ਮੈਨੂੰ ਚੈਲੰਜ। ਇੱਕ ਬੰਨੇ ਜਦ ਇਹ ਚਲਾ ਰਹੇ ਸੀ, ਦੂਜੇ ਆਪਣੇ ਚੇਲਿਆਂ ਦੇ ਰਾਹੀਂ ਉਹ ਕਹਿੰਦੀ ਵੀ ਨਾ ਇਹ ਨੀ, ਇਹਨਾਂ ਨੂੰ ਪੂਰਾ ਸੈੱਟ ਕਰਨਾ ਇੱਕ ਜਿਹੜਾ ਮੁੜ ਕੇ, ਨਹੀਂ ਤਾਂ 84 ਚ ਮੁੱਕੀ ਨਾ ਫਿਰ ਗੱਲ। ਇਹ ਆਪਰੇਸ਼ਨ ਗ੍ਰੀਨ, ਆਪਰੇਸ਼ਨ ਹੰਟ, ਆਪਰੇਸ਼ਨ ਬੁੱਡ ਰੋਜ, ਉਹਨਾਂ ਦਾ ਕੀ ਲੋੜ ਸੀ ਪਿਛਲੇ 7 ਮਹੀਨੇ ਜਿਹੜੇ ਬੰਦ ਬੰਦ ਕੇ ਮੁਸ਼ਕਾਂ ਬਿਠਾਉਂਦੇ ਰਹੇ ਸਕੂਲ। ਮੁਕਤਸਰ ਸਾਹਿਬ ਚ ਕਿਹੜਾ ਖੜਕੂ ਸੀ, ਤਰਨ ਤਾਰਨ ਕਿਹੜਾ ਖੜਕੂ ਸੀ, ਦੁੱਖ ਨਿਵਾਰਨ ਕਿਹੜਾ ਖੜਕੂ ਸੀ, 37 ਹੋਰ ਗੁਰਧਾਮਾਂ ਚ ਉੱਥੇ ਕੱਢ ਲਈ ਟੈਂਕ ਚਾੜਤੇ। ਫਿਰ ਪਿੰਡਾਂ ਦੀਆਂ ਫਿਰਨੀਆਂ ਦੇ ਵਿੱਚ ਕਿਹੜਾ ਖੜਕੂ ਸੀ, ਜਿਹੜਾ ਪਿੰਡ ਦੀਆਂ ਫਿਰਨੀਆਂ ਤੇ ਸ਼ਕਤੀਮਾਨ ਟਰੱਕ ਤੁਰੇ ਫਿਰਦੇ ਸੀ। ਕਾਹਦੇ ਲਈ ਘਰੇ ਰੋਕੇ ਰੋਕ ਡਰ ਸੀ ਵੀ ਇਹ ਕੌਮ ਇੱਕ ਮੁੱਠ ਹੋਈ ਹੋਈ ਹੈ, ਕਹਾਣੀ ਇਹ ਸੀ। ਅੱਛਾ, ਜਦ ਇਹ ਹੁਣ ਚੱਲਣ ਲੱਗੀਆਂ ਮੀਟਿੰਗਾਂ, ਅਕਾਲੀਆਂ ਵੱਲੋਂ ਵੀ ਕੋਸ਼ਿਸ਼ ਸੀ ਵੀ ਕਿਵੇਂ ਨਾ ਕਿਵੇਂ ਡੀ ਐਕਸੀਲੇਟ ਹੋ ਜਾਵੇ। ਅੱਛਾ, ਸੰਤ ਵੀ ਇਸ ਚੀਜ਼ ਨੂੰ ਕਦੇ ਨੀ ਸੀ ਕਹਿੰਦੇ ਵੀ ਮੈਂ ਨਹੀਂ ਚਾਹੁੰਦਾ, ਉਹ ਕਹਿੰਦੇ ਸਮਝੌਤਾ ਹੋ ਗਏ। ਉਹ ਤਾਂ ਆਪਣਿਆਂ ਨੂੰ ਕਹਿੰਦਾ ਸੀ ਉਹ ਤੁਸੀਂ ਨਾ ਫਿਰੋ ਗੇੜੇ ਕੱਢਦੇ ਉਹਦੀ ਆ ਜਾਣ, ਤੁਸੀਂ ਆਪਣੇ ਤਖ਼ਤ ਤੇ ਬੈਠ ਇਕੱਠੇ ਹੋ ਜਾਓ। ਤੇ ਉਹ ਜਿਹੜੀ ਹੁਣ ਜਦ ਗਰਮ ਹੈ ਇਸ ਦੀ ਗੱਲ ਮੂਹਰੇ ਕਰਦੀ ਇੰਦਰਾ ਤਾਂ ਸੰਤ ਉਹੀ ਗੱਲ ਦੂਜੇ ਦਿਨ ਜਾ ਕੇ ਜੇ ਉਹਨੂੰ ਦੁਰਗਾ ਕਹਿੰਦੇ ਤਾਂ ਉਹ ਕੌਮ ਦੀ ਇਹਨੂੰ ਅਗੰਮੀ ਪ੍ਰਗਾਸੀ ਰੂਹ ਕਹਿੰਦੇ ਲਿਖਣ ਵਾਲੇ ਪੱਤਰਕਾਰ ਨਿੱਤ ਉੱਥੇ ਜਾਂਦੇ, ਮਹਿੰਦਰ ਸਿੰਘ ਵਰਗੇ, ਜਗਤਾਰ ਸਿੰਘ ਵਰਗੇ, ਸਿੱਧੂ ਵਰਗੇ, ਦਲਵੀਰ ਸਿੰਘ ਵਰਗੇ, ਦਲਵੀਰ ਸਿੰਘ ਵਰਗੇ ਪੱਕੇ ਕਾਮਰੇਡ ਕਾਹਦੇ ਲਈ ਨਾਲ ਸੰਤਾਂ ਦੇ ਬਣ ਗਏ, ਕੀ ਵੇਖਿਆ। ਜਗਤਾਰ ਸਿੰਘ ਆ ਪਿੱਛੇ ਜੇ ਜਗਤਾਰ ਸਿੰਘ ਦੀ ਇੰਟਰਵਿਊ, ਉਹਨੇ ਖਾਲਿਸਤਾਨ ਤੇ ਕਿਤਾਬ ਲਿਖੀ ਹੈ ਤੇ ਉਹਨੇ ਉਹ ਉਸ ਗੱਲ ਤੋਂ ਪੈਂਤੜਾ ਲੈ ਰਿਹਾ। ਆਖੇ ਅੰਦਰੋਂ ਕਦੇ ਖਾੜਕੂ ਸੰਘਰਸ਼ ਨਹੀਂ ਹੋਇਆ, ਹਥਿਆਰ ਬੰਦ ਕਦੇ ਵੀ ਦਰਬਾਰ ਸਾਹਿਬ ਤੋਂ ਬਾਹਰੋਂ ਹਮਲਾ ਹੋਇਆ, ਕਿਤੇ ਵੀ ਰਿਟੈਲੀਏਸ਼ਨ ਅੰਦਰੋਂ ਨਹੀਂ ਹੋਈ। ਜਾਂ ਉਹਨੂੰ ਪੱਤਰਕਾਰ ਨੇ ਕਿਹਾ ਵੀ ਤੂੰ ਭੁੱਲ ਗਿਆ ਜਦ ਅਬਦਾਲੀ ਆਇਆ ਤੇ 30 ਸਿੰਘ ਜਿਹੜੇ ਭਾਈ ਗੁਰਬਖਸ਼ ਸਿੰਘ ਦੇ ਨਾਲ ਸੀ ਬੁੰਗਾ ਸ਼ਹੀਦਾਂ ਦੇ ਨਾਲ, ਤੈਨੂੰ ਪਤਾ। ਰਾਣਾ ਕਹਿੰਦਾ ਮੇਰੇ ਯਾਦ ਨਹੀਂ। ਇੱਕ ਪੱਤਰਕਾਰ ਜਿਹਨੇ ਜਿਹੜਾ ਕਹਿੰਦਾ ਮੈਂ ਸੰਤਾਂ ਨੂੰ ਇੱਕ ਦਿਨ ਪਹਿਲਾਂ ਮਿਲ ਕੇ ਆਇਆ, ਐਡੀ ਬੇਹੁਦਰੀ ਬੇਹਿਆਈ ਹੈ ਕੌਮ ਦੇ ਸਭ ਤੋਂ ਵੱਡੇ ਉਸ ਸਮੇਂ ਨੂੰ, ਕਿਉਂਕਿ ਸੰਤਾਂ ਦਾ ਖਾੜਕੂਪਣਾ ਤੇ ਸੰਤਾਂ ਦੇ ਹਥਿਆਰਾਂ ਨੂੰ ਨਿੰਦਣਾ ਸੀ। ਉਹ ਕਹਿੰਦਾ ਮੈਨੂੰ ਤਾਂ ਗੁਰਬਖਸ਼ ਸਿੰਘ ਦਾ ਪਤਾ ਨਹੀਂ, ਮੈਂ ਤਾਂ ਨਹੀਂ ਜਾਣਦਾ। ਇਹੋ ਜਿਹੀ ਸ਼ਰਮ ਹਿਆ ਤੋਂ ਬਿਨਾਂ ਵਾਲੇ ਬੰਦੇ ਚਾਹੁੰਦੇ ਤਾਂ ਸਹੀ ਉਹ ਵੀ ਅਸੀਂ ਇਹ ਗੱਲ ਲਿਖੀਏ, ਪਰ ਢਿੱਡੋਂ ਉਹ ਤੁਰਦੇ ਤੇ ਸੀ ਤੁਰੇ, ਉੱਥੇ ਸੌਦਾ ਵਿਕਦਾ ਸੀ ਸਾਰੇ। ਬਈ ਹੁਣ ਲਿਖਣਾ ਕੀ ਆ, ਪੰਜਾਬ ਦੀ ਚੀਜ਼ ਇੱਕ ਸੀ ਅਨੰਦਪੁਰ ਸਾਹਿਬ ਦਾ ਮਤਾ ਤੇ ਦਰਬਾਰ ਸਾਹਿਬ ਤੇ ਲੰਗਰ ਦੀ ਇਮਾਰਤ, ਚੀਜ਼ਾਂ ਹੀ ਤਿੰਨ ਰਹਿ ਗਈਆਂ ਸੀ। ਦਿੱਲੀ ਵਾਲਿਆਂ ਦੀ ਚੀਜ਼ ਹੈ ਜਿਹੜੀ ਉਹ ਮਾਸ਼ੇ ਉਹ ਨਹੀਂ ਲਿਖਦੇ ਸੀ, ਬਾਕੀ ਉਹਦੇ ਪੱਤਰਕਾਰ ਲਿਖਦੇ ਸੀ। ਸੋ ਬਰਾਬਰ ਦੀ ਜਿਹੜੀ ਇਹ ਜਿਹੜੀ ਇਖਲਾਕੀ ਗੁਣ ਜੇ ਲਾ ਲਓ ਵੀ ਕੌਮ ਪ੍ਰਤੀ ਪਿਆਰ ਲਾ ਲਓ ਸੰਤਾਂ ਦਾ, ਉਹ ਇੱਕ ਪਾਸਿਓਂ ਖੜ ਗਏ। ਫਿਰ ਹੁਣ ਜਿਹੜਾ ਮਿਹਣਾ ਮੰਦ ਕਹਿੰਦੇ ਆਟੇ ਚ ਨੂਣ ਦੇ ਬਰਾਬਰ ਹੋ ਤੁਸੀਂ, ਜਦ ਕੋਈ ਗੱਲ ਸੰਤ ਕਰਨੀ ਕੌਮ ਨੇ ਆਟੇ ਚ ਨੂਣ ਦੇ ਬਰਾਬਰ ਹੋ, ਤੇ ਜੇ ਉਹਨੇ ਲੰਗਰ ਦੀ ਆਵਾਜ਼ ਤੋਂ ਕੌਮ ਦੇ ਯੋਧੇ ਨੇ ਇਹ ਕਹਿਤਾ ਵੀ ਜੇ ਲੂਣ ਚੁਟਕੀ ਵੱਧ ਪੈ ਜਾਵੇ ਅੰਦਰ ਬੁਰਕੀ ਨੀ ਲੰਘਦੀ, ਹੁਣ ਉਹਨੂੰ ਇਹ ਤਾਂ ਜੀ ਫਿਆਸਤਵਾਦੀ ਹੈ, ਇਹ ਤਾਂ ਗਲਤ ਗੱਲ ਕਰਦਾ। 35 ਵਾਲੀ ਗੱਲ ਵੀ ਜਿਹੜੀ ਉਹਨੇ ਕੀਤੀ ਉਹਦੇ ਚ ਉਹਨੇ ਇਉਂ ਤਾਂ ਕਿਹਾ ਨੀ ਵੀ ਉਹਨੇ ਟਿਕ ਤੇ, ਨਾ ਇਹਨਾਂ ਨੂੰ ਉਹਨਾਂ ਦਾ ਘੜਾ ਲੱਭਿਆ ਜਿਹਦੇ ਚ ਉਹਦੀ ਹਿੱਟ ਲਿਸਟ ਸੀ। ਪਿੰਡ ਜਾਂਦੇ ਰਹੇ ਨੇ ਜਿਹੜੇ ਦੁਕਾਨਦਾਰ ਸੀ ਅੰਮ੍ਰਿਤਸਰ ਦੇ, ਉਹ ਕਹਿੰਦੇ ਦੇਖ ਲਓ ਘੜਾ ਕਿੱਥੇ ਜਿਹਦੇ ਚ ਤੁਸੀਂ ਨਾਉ ਤੁਹਾਡਾ ਨਿਕਲਦਾ। ਅੱਛਾ, ਫਿਰ ਜਦ ਅਕਾਲੀ ਲੀਡਰਸ਼ਿਪ ਖਾਸ ਤੌਰ ਤੇ ਡਿਕਟੇਟਰ ਜਿਹੜਾ ਜੈਲਸ ਦੇ ਵਿੱਚ ਆ ਗਿਆ ਵੀ ਯਾਰ ਮੇਰੀ ਤਾਂ ਸੁਣੀ ਦੀ ਨੀ, ਉਹਨੇ ਇੱਕ ਜਿਹੜਾ ਗਰੁੱਪ ਤਿਆਰ ਕੀਤਾ ਆਪਣੇ ਸਕੱਤਰ ਗੁਰਚੰਦ ਦੇ ਰਾਹੀਂ, ਜਦ ਸੰਤਤ ਸਿੱਧਾ ਉਹਨਾਂ ਨੇ ਹਮਲਾ ਕੀਤਾ, ਸਰਕਾਰੀ ਏਜੰਸੀਆਂ ਵੀ ਥੋੜੀਆਂ ਬਹੁਤੀਆਂ ਵਿੱਚ ਵੜ ਗਈਆਂ, ਉਹ ਇਹ ਨੀ ਹੈ ਵੀ ਨਾ ਬੜੀਆਂ ਹੋਣ, ਉਹਨੇ ਸ਼ਿੰਦੇ ਦੇ ਰਾਹੀਂ ਜਦ ਸੋਢੀ ਤੇ ਜਿਹੜਾ ਹਮਲਾ ਕੀਤਾ, ਉਸ ਚੀਜ਼ ਦੇ ਤੋਂ ਬਾਅਦ ਵੀ ਸੰਤਾਂ ਨੇ ਕਿਹਾ, ਸੰਤ ਪਿੰਡਰਾਲੇ ਨੇ ਵੀ 5 ਤੱਕ ਮੇਰੇ ਜਥੇ ਦੇ 5 ਸਿੰਘਾਂ ਤੱਕ ਮੈਂ ਤੁਹਾਨੂੰ ਕੁਛ ਨੀ ਕਹਿਣਾ, ਮਾਰ ਦਿਓ। ਮਤਲਬ ਫੇਰ ਵੀ ਉਹਨਾਂ ਨੇ ਇਸ ਗੱਲ ਨੂੰ ਵੀ ਕੌਮੀਅਤ ਦੀ ਗੱਲ ਸਿਰੇ ਲੱਗ ਜਾਵੇ, ਤੇ ਉਹਦੇ ਤੇ ਆਪ ਸਿੱਧਾ 15 ਮਾਰਚ 83 ਨੂੰ ਜੀਪ ਜਿਹੜੀ ਇੱਕ ਗਈ ਅੰਮ੍ਰਿਤਸਰ ਤੋਂ ਮਹਿਤੇ ਨੂੰ ਮਾਨਾ ਵਾਲਾ ਪਿੰਡ ਦੇ ਨੇੜੇ ਸਿੱਧੀਆਂ ਉਹਦੇ ਤੇ ਗੋਲੀਆਂ ਚਲਾਤੀਆਂ, ਜਿਹੜੀਆਂ ਘਾਤ ਲਾ ਕੇ ਪੁਲਿਸ ਨੇ ਕਿਸੇ ਨੇ ਦੱਸਤਾ ਵੀ ਸੰਤੋ ਚ ਜਾ ਰਹੇ ਨੇ ਗੇੜਾ ਮਾਰ ਲਈ, ਤੇ ਉਹਦੇ ਬਾਅਦ ਉਹ ਚੀਜ਼ ਉਹਨੂੰ ਹੋਰ ਬੇਚੈਨ ਉਹਨੇ ਕਰ ਦਿੱਤਾ ਵੀ ਅੰਦਰੋਂ ਇਹ ਗੱਲਬਾਤ ਕਿੱਥੇ ਚੱਲ ਰਹੀ ਹੈ। ਫਿਰ ਸੋਢੀ ਦਾ ਜਿਹੜਾ ਹਮਲਾ ਹੋਇਆ 17 ਅਪ੍ਰੈਲ 84 ਨੂੰ,
ਉਹ ਗੱਲ ਤੋਂ ਪਤਾ ਲੱਗਾ ਵੀ ਇਹਦੇ ਪਿੱਛੇ ਆ। 24 ਜਨਵਰੀ 84 ਨੂੰ ਮੰਜੀ ਸਾਹਿਬ ਦੇ ਵਿੱਚ ਫੈਡਰੇਸ਼ਨ ਦੇ ਬਰਾਬਰ ਉਹਨੇ ਯੂਥ ਅਕਾਲੀ ਦਲ ਬਣਾਤਾ ਡਿਕਟੇਟਰ ਨੇ। ਇਹਦੇ ਕੁਛ ਚੱਲਦਿਆਂ ਹੋਇਆ ਵੀ ਸੰਤ ਨੇ ਜਿਹੜਾ ਉਹ ਇਹ ਕਦੇ ਵੀ ਨੀ, ਸੰਤ ਜਰਨੈਲ ਸਿੰਘ ਉਹਨਾਂ ਨੇ ਕਦੇ ਵੀ ਦੋਨਾਂ ਨੂੰ ਇਕੱਠੇ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਗੱਲ ਜਦ ਉਹਨਾਂ ਨੇ ਕਰਕੇ ਖੜਨੀ ਹੈ ਇਹੀ ਕਹਿਣਾ ਵੀ ਮੈਂ ਤਾਂ ਆਗੂ ਨੀ ਤੁਹਾਡਾ, ਮੈਂ ਤਾਂ ਚੌਂਕੀਦਾਰ ਹਾਂ, ਚੌਂਕੀਦਾਰ ਦੇ ਨਾਤੇ ਖਬਰਦਾਰ ਕਰਨਾ, ਚੱਪਲੀਆਂ ਜਿਹੜੀਆਂ ਮੇਰੇ ਤੋਂ ਮਰਜ਼ੀ ਚੜਾ ਲਓ। ਤੇ ਕੋਈ ਵੀ ਜਿਹੜਾ ਆਗੂ ਆਨੰਦਪੁਰ ਦੇ ਮਤੇ ਤੋਂ ਘੱਟ ਗੱਲ ਕਬੂਲ ਕਰਦਾ ਸੰਗਤਾਂ ਦੇ ਸਾਹਮਣੇ ਨੰਗਾ ਕਰੂ। ਹੁਣ ਸਿਆਸਤ ਤਾਂ ਇਹ ਪੈ ਗਿਆ ਵੀ ਉਹ ਜਾਣ ਕਿੱਥੇ ਨੂੰ, ਉੱਧਰ ਉਹ ਪਿੱਛੇ ਬੈਠਾ, ਉੱਧਰ ਉਹ ਮੀਟਿੰਗਾਂ ਕਰਦੇ ਫਿਰਦੇ, ਮੀਟਿੰਗਾਂ ਦੇ ਵਿੱਚ ਉਹ ਗੋਲ ਕੋਈ ਗੱਲ ਲੱਡੂ ਵਰਗੀ ਬਲਵੰਤ ਵਰਗੇ ਨੇ ਕਰਨੀ ਸੀ, ਉਹ ਸੰਤ ਨੀ ਕਰਨ ਦਿੰਦਾ। ਉਹ ਚੀਜ਼ ਨੇ ਅਖੀਰ ਰਸਤਾ ਰੋਕੋ ਦਾ ਜਿਹੜਾ ਤੋਂ ਬਾਅਦ 29 ਅਗਸਤ ਕੰਮ ਰੋਕੋ ਦਾ ਇੱਕ ਜਿਹੜਾ ਜਿਹੜਾ ਸੱਦਾ ਉਹ ਦੇ ਦਿੱਤਾ। ਜਦ ਇਹ ਕੰਮ ਰੋਕੋ ਦੇ ਸਾਰੇ ਦਫ਼ਤਰਾਂ ਦਾ ਕੰਮ ਠੱਪ ਹੋ ਗਿਆ, ਅਕਾਲੀ ਦਲ ਨੇ ਪੰਜਾਬ ਬੰਦ ਦਾ ਸੱਦਾ 8 ਫਰਵਰੀ 1984 ਨੂੰ ਦਿੱਤਾ ਜੀ, ਤੇ ਪੰਜਾਬ ਦੀ ਜਨਤਾ ਨੇ ਸਿੱਖ ਵਰਗ ਨੇ ਇਹਨੂੰ ਹੁੰਗਾਰਾ ਦਿੱਤਾ। ਹਿੰਦੂ ਜਿਹੜੇ ਕੱਟੜਵਾਦੀ ਜਥੇਬੰਦੀਆਂ ਸੀ ਉਹਨਾਂ ਨੇ ਅਕਾਲੀ ਦਲ ਦੇ ਪੰਜਾਬ ਬੰਦ ਦੇ ਸਫਲ ਐਕਸ਼ਨ ਦੇ ਮੋੜਵੇ ਜਵਾਬ ਚ 14 ਤੋਂ 20 ਫਰਵਰੀ ਤੱਕ ਪੰਜਾਬ ਬੰਦ ਸਪਤਾਹ ਮਨਾਉਣ ਦਾ ਐਲਾਨ ਕਰ ਦਿੱਤਾ, ਤੇ 14 ਫਰਵਰੀ ਨੂੰ ਖੋਲੜਵਾਜਾਂ ਨੇ ਜਾ ਕੇ ਹਰਿਮੰਦਰ ਸਾਹਿਬ ਦਾ ਮਾਡਲ ਤੇ ਗੁਰੂ ਰਾਮਦਾਸ ਸਾਹਿਬ ਦੀ ਤਸਵੀਰ ਆ ਜਿਹੜੀ ਉਹ ਪੈਰਾਂ ਥੱਲੇ ਸਿੱਟ ਲਈ। ਪਾਣੀਪਤ ਤੇ ਯਮੁਨਾਨਗਰ ਦੇ ਸ਼ਹਿਰਾਂ ਚ ਇਹ ਸਿੱਖਾਂ ਤੇ ਪੂਰਾ ਜਿਹੜਾ ਹਮਲਾ ਹੋਇਆ, ਤੇ 19 ਫਰਵਰੀ ਨੂੰ ਪਾਣੀਪਤ ਤੇ ਯਮੁਨਾਨਗਰ ਚ 9 ਸਿੱਖ ਉਹਨਾਂ ਨੇ ਕੁੱਟ ਕੁੱਟ ਕੇ ਮਾਰ ਦਿੱਤੇ। ਇਸ 3 ਗੁਰਦੁਆਰਿਆਂ ਨੂੰ ਅੱਗਾਂ ਲਾਈਆਂ। ਕਾਵਰੇਡ ਹਰਕਿਸ਼ਨ ਸੁਰਜੀਤ ਨੇ ਹਰਿਆਣਾ ਸਰਕਾਰ ਤੇ ਦੋਸ਼ ਲਾਏ ਕਿ ਹਰਿਆਣੇ ਦੇ ਵਿੱਚ ਜਿਹੜਾ ਕੁਝ ਵਾਪਰਿਆ ਸਰਕਾਰ ਦੀ ਮਿਲੀ ਭੁਗਤ ਤੋਂ ਬਿਨਾਂ। ਅੱਛਾ, ਇਹ ਜਿਹੜੀ ਜਦ ਕਸ਼ੀਦਗੀ ਇਹ ਵੱਧਦੀ ਗਈ ਤੇ ਉਹਦੇ ਬਾਅਦ ਫਿਰ ਟਾਈਮਸ ਆਫ ਇੰਡੀਆ ਨੇ ਜਿਹੜਾ ਲੇਖ 7 ਮਾਰਚ 84 ਨੂੰ ਲਿਖਿਆ, ਤੇ ਉਹਦੇ ਚ ਉਹਨੇ ਲਿਖਿਆ ਵੀ ਇਤਿਹਾਸ ਅੰਦਰ ਸਿੱਖ ਭਾਈਚਾਰੇ ਦੇ 11 ਵੱਜ ਗਏ, ਹੁਣ ਇਹਨਾਂ ਨੂੰ ਚਾਹੀਦਾ ਕਿ ਘੜੀ ਨੂੰ ਪੁੱਠਾ ਗੇੜਾ ਦੇ ਦੇਣਾ, ਅਜੇ ਵੀ ਸੰਭਾਵਨਾ, ਇਸ ਤੋਂ ਪਹਿਲਾਂ ਕਿ ਰਾਤ ਦੇ 12 ਵੱਜਣ ਸਿੱਖਾਂ ਨੂੰ ਚੇਤਾਵਨੀ ਵੱਲ ਕੰਨ ਕਰਨਾ ਚਾਹੀਦਾ। ਦੇਖੋ ਪੇਪਰ ਕੀ ਲਿਖ, ਗਿਰੀਲਾਲ ਜੈਨ ਨੇ ਟਾਈਮਸ ਆਫ ਇੰਡੀਆ ਵਾਲੇ ਨੇ ਲਿਖਿਆ, ਜਿਹੜਾ ਸਭ ਤੋਂ ਵੱਧ ਉਸ ਸਮੇਂ ਇੰਦਰਾ ਦਾ ਚੇਲਾ ਬਣਿਆ ਹੋਇਆ ਸੀ। ਤੇ ਇਹ ਜਿਹੜੀਆਂ ਸਭ ਚੀਜ਼ਾਂ ਇਕੱਠੀਆਂ ਹੋ ਕੇ ਫਿਰ ਤੁਹਾਨੂੰ ਦੱਸਿਆ ਵੀ ਜਿਹੜਾ ਵਿਰੋਧੀ 16 ਦਾ ਗਰੁੱਪ ਸੀ, ਜਿਹੜਾ 16 ਪਾਰਟੀਆਂ ਦਾ ਖੇਤਰੀ ਜਿਹੜਾ ਰੁਝਾਨ ਤੇ ਖੇਤਰੀ ਪਾਰਟੀਆਂ ਦੇ ਸੱਦੇ ਤੇ ਵੱਧ ਤਾਕਤਾਂ ਸੂਬਿਆਂ ਨੂੰ ਦੇਣ ਲਈ ਸਾਰੇ ਭਾਰਤ ਦਾ 16 ਪਾਰਟੀਆਂ ਇਕੱਠੀਆਂ ਹੋਈਆਂ ਸੀ, ਜਿਹਨਾਂ ਨੇ 3 ਮੀਟਿੰਗਾਂ ਕਰ ਲਈਆਂ। ਉਹਦੀ ਚੌਥੀ ਮੀਟਿੰਗ ਆ ਜਿਹੜੀ ਉਹ 7 ਅਕਤੂਬਰ 1983 ਨੂੰ ਸ੍ਰੀਨਗਰ, ਜਿਸ ਚ 4 ਅਕਤੂਬਰ ਨੂੰ 6 ਬੇਕਸੂਰ ਹਿੰਦੂਆਂ ਨੂੰ ਢਿਲਵਾਂ ਦੇ ਨੇੜੇ ਕਪੂਰਥਲੇ ਦੇ ਵਿੱਚ ਬੱਸ ਰੋਕ ਕੇ ਉਹਦੇ ਵਿੱਚੋਂ ਕੱਢ ਕੇ ਜਿਹੜੀ ਉਹ ਗੋਲੀ ਮਾਰ ਦਿੱਤੀ। ਅੱਛਾ, ਇਹਦੇ ਤੇ ਸਾਰਿਆਂ ਨੇ ਇਸ ਦੀ ਜਿਹੜੀ ਹੈ ਵਿਰੋਧ ਚ ਗੱਲ ਕੀਤੀ। ਸੰਤ ਜਰਨੈਲ ਸਿੰਘ ਉਹਨਾਂ ਨੇ ਕਿਹਾ ਵੀ ਬਹੁਤ ਮਾੜੀ ਗੱਲ ਕੀਤੀ, ਪਰ ਇਹ ਵੀ ਗੱਲ ਨਹੀਂ ਸੀ ਕਿ ਉਹ ਇਸ ਤਰ੍ਹਾਂ ਸੋਚਦੇ ਸੀ ਕਿ ਉਹ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਦੇ ਤੌਰ ਤੇ ਇੱਕ ਫਿਰਕੂ ਸੋਚ ਅਲੱਗਪਣੇ ਦੀ ਸੋਚ ਨਹੀਂ ਰੱਖਦੇ ਸੀ, ਬਿਲਕੁਲ ਰੱਖਦੇ ਸੀ ਉਹ ਵੀ, ਜਿਸ ਤਰ੍ਹਾਂ ਬਾਕੀ ਲੀਡਰ ਜਿਵੇਂ ਇੰਦਰਾ ਸਾਰੇ ਦੇਸ਼ ਦੇ ਆਮ ਸਹਿਮਤੀ ਦੇ ਉੱਪਰ ਗੱਲ ਕਰਦੀ ਸੀ ਉਹ ਵੀ ਕਰਦੇ ਸੀ। ਤੇ ਜਦ ਉਹਨੂੰ ਕਈ ਵਾਰ ਪੁੱਛਦੇ ਤਾਂ ਉਹ ਸਦਾ ਕਹਿੰਦੇ ਵੀ ਅਸੀਂ ਬਿਲਕੁਲ ਖਾਲਿਸਤਾਨੀ ਮੰਗਦੇ, ਪਰ ਜੇਕਰ ਸਰਕਾਰ ਹੁਣ ਦੇਵਾਂਗੇ ਦਊਗੀ ਤਾਂ ਮੋੜਾਂਗੇ, 47 ਵਾਲੀ ਗਲਤੀ ਨਹੀਂ ਕਰਦੇ, ਇਹ ਗੱਲ ਉਹ ਕਹਿੰਦੇ ਹੀ ਰਹੇ। ਤੇ ਇਹ ਜਿਹੜੀ ਇਦੋਂ ਇੱਕ ਵਪਾਰਕ ਸੰਦੇਸ਼ ਲੈ ਲਵਾਂ ਜੀ ਆ ਕੇ ਫਿਰ ਤੋਂ, ਹੁਣ ਡਿਕਟੇਟਰ ਵੱਲੋਂ ਰਸਤਾ ਰੋਕੋ, ਕੰਮ ਰੋਕੋ, ਪੰਜਾਬ ਬੰਦ, ਆਜ਼ਾਦ ਪੰਥ ਸਵਤਾ, ਤੇ ਉਸ ਤੋਂ ਬਾਅਦ ਧਾਰਾ 25B ਨੂੰ ਸਾੜਨ ਦੇ ਪ੍ਰੋਗਰਾਮ ਦੀ, ਜਦ ਗੱਲ 25(2)(b) ਨੂੰ ਸਾੜਨ ਦੀ ਤੇ ਆਜ਼ਾਦ ਪੰਥ ਸਪਤਾਹ ਮਨਾਉਣ ਦੀ ਜਦ ਗੱਲ ਡਿਕਟੇਟਰ ਨੇ ਕੀਤੀ, ਉਸਦਾ ਵਿਰੋਧ ਬਹੁਤ ਹੋਇਆ।
सब तो बड़ा विरोध कामरेड सुरजीत ने किया, दिल्ली आले ग्रुप ने भी जेड़ा आके वीर सिंह अरोड़ा ने अर्जुन सिंह उन्हों ने गुरबचन सिंह सबका रोज राजदूत ने अमृतसर आके इस ना भी ये धारा 25B साड़न आली गल ना करो। चंद्र शेखर ते हेमवती नंदन बहु गुणा अर्गे जेड़े नेड़े सी उन्होंने कहा भी ये काम ना तुसी करो। आजाद पंथ सप्ताह मनाउण दा सद्दा भी जेड़ा वह बल्दी दे तेल जेड़ा पाऊगा। आजाद पंथ वाली गल ना करो, ये संकल्प सिख अतवादियों नूं होर जोर दऊगा। उन्होंने संत पिंडां वाले बारे पासे गल सी फिरकू होवो फिरकू होवो। कामरेड सुरजीत ने लौंगोवाल नूं 30 मार्च नूं एक चिट्ठी लिखी जिहदे च उन्होंने कहा चिट्ठी बादल उन्हां ने दी पेशकारी वे ना आपां इहनूं पिछे मुड़ीए, चिट्ठी देख के मेरा मन प्रसन्न हो गया क्योंकि इहनां मंगां विच आनंदपुर साहब दे मते दा जां सिखां दे बोलवाले दा कोई जिक्र। बादल उन्हां ने इहदे विच जिहड़ा थोड़ा जिहा बैठे गल्लां तोरियां कई बार बहुत देखो मेरे ख्याल आपां जद पीक ते कोई चीजां गईयां हुंदियां ने प्रैशर ते हुंदे हो तुहाडा जे 47 तो बाद 30-35 साल 40 साल ला लो 37 साल तजर्बा कोई राजनीति का तजर्बा सी उत्थे टकसाल दे उस जथेदार दा जिहड़ा अपने तौर ते टांडिया ते भांडे वाली करन बैठा सी, कहिंदा मैं की लूज करना, मैं कितें मस्सिया लगणो हर जने मेरे जाण तों बाद। पर हुण इह नहीं होणी गल, हुण गल उही होणी है जिहड़ी सारे करनगे। बस फिर जद 84 शुरू होया 19 मार्च आल इंडिया सिख स्टूडेंट फैडरेशन ते कानूनी पाबंदी लाती, 5 अप्रैल नूं गड़बड़ वाला इलाका करार देता, कौमी सुरक्षा कानून NSA दे विच तरमीम करके दम पिखे करते BSF ते CRPF दीआं धारां आ गईआं चढ़ गईआं। ते अप्रैल दे महीने जद चढ़िया तां केंद्री जिहड़ियां नीम फौजी दलां ने पंजाब पुलिस लांभे करके दरबार साहब दे आले दुआले घेरा कसता, कार सेवा नूं जांदे जिन्ने ट्रक सी कार सेवा वाले दरबार साहब नूं जांदे सारे ओह चैक करने शुरू कर दिते। खाड़कू छुपे होण दा बहाना ला के मोगे दे अंदर 3 गुरद्वारियां ते श्रद्धालुआं तों पाठियां तक आउण जाण दा उहनां दा रो जिहड़ा राह बंद कर दिता, घेरावाद हुई तां इह च सिख श्रद्धालु जिहड़े ते उहनां पुलिस ने सिद्धियां गोलियां चला के अद्धी दर्जन सिख इत्थे शहीद कर दिता। उन्होंने भी मोरबे मोर्चे जेडे फेडरेशन ने खोलते थोन दस्या 15-16 अप्रैल की विकार की रात को 3 दर्जन तो वध रेलवे स्टेशन अग ला दी। 17 अप्रैल को सुरेंद्र सिंह सोढ़ी का कतल हुंदा, तनाव बहुत हो गया। उस तो बाद 28 अप्रैल को लौंगोवाल के कैंप चो वड्डी गिणती श्रोमणी कमेटी मैंबर ने अकाली कारकुनां ने खुले रूप च संत पिंडराले नूं सेवावां दे 12 मई नूं जलंधर दे विच जगत नारायण दे पुत नूं रमेश चंद्र नूं जद अग गोली मार दित्ती, हिंदू हजूम ने शहर दे विच सिख वर्गां नूं चुणमा जिहड़ा निशाना बना लिया। उधर HKL भगत जिहड़ा सूचना ते प्रसारण मंत्री सी उहने सारे सदले व्याज उहनां दिनां दे विच मई दे विच मीटिंगां जिहड़ियां अखीर दीआं टुटदीआं ने, ते उहदे बाद 30 मई नूं जदा टौड़ा पांडे कोल जांदा जां देख लैंदा वी कित्थे गल खड़ी आ के, ते इंदिरा वालों जिहड़ियां तैयारियां सी 15 जनवरी नूं सेना दिवस दे मौके ते उहने वैद्यां नूं कहता सी वी की गल करनी है चक्राते ते सरसावां दे विच बना के ऐन पूरा मॉडल तैयारी कर दित्ती। पछमी कमान दा आला जिहड़ा तोपखाना सी डिवीजन उहनूं सड़क दे रास्ते अमृतसर कह दित्ता, हैदराबाद ते रांची तों 94 फौजी दस्ते समुंदर फौज दे गोताखोर जौरहट तो कुत्ते ते पछमी कमान दे जनरल ऑफिसर कमांडिंग इन चीफ सुंदर जी नूं इहदों ला दित्ती, ते ब्राड मेन इंचार्ज जो एक्शन दा दयाल ने राजपुल पांडे की जगह लै ली, ते सलाहकार की सारा कुछ उहदे तो हर एक गर्ल जिहड़ी आ उहदे राही जाणी सी। पंजाब सारा कंट्रोल, पहलां पंजाब कंट्रोल, पंजाब तों बाद माझा कंट्रोल, माझे तों बाद अमृतसर कंट्रोल,
ਅੰਮ੍ਰਿਤਸਰ ਜ਼ਿਲ੍ਹਾ ਕੰਟਰੋਲ ਮਾਝੇ ਚੋਂ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਅੰਮ੍ਰਿਤਸਰ ਸ਼ਹਿਰ ਕੰਟਰੋਲ, ਅੰਮ੍ਰਿਤਸਰ ਸ਼ਹਿਰ ਤੋਂ ਗਾਹ ਦਰਬਾਰ ਸਾਹਿਬ ਦਾ ਆਲੇ ਦੁਆਲਾ ਕੰਟਰੋਲ, ਇਹ ਮਲਟੀ ਲੇਅਰਸ ਜਿਹੜੀਆਂ ਨੇ ਇਹ ਤਿਆਰ ਕਰਕੇ ਤੇ 2 ਤਰੀਕ ਰਾਤ ਨੂੰ ਝੂਠ ਤੇ ਬੇਪ੍ਰਤੀਤੀ ਕਰਦੀ ਆ, ਉਧਰੋਂ ਮੀਟਿੰਗਾਂ ਕਰਦੀ ਆ ਤੇ ਉਧਰੋਂ ਕਹਿੰਦੀ ਆ ਗੱਲਬਾਤ ਰਾਹੀਂ ਹੱਲ ਕਰ ਲਓ। ਅੰਤਮ ਘੜੀ ਚ ਮੈਂ ਅਕਾਲੀਆਂ ਨੂੰ ਬੇਨਤੀ ਕਰਦੀ ਆ ਆਪਣਾ ਅੰਦੋਲਨ ਠੱਪ ਕਰ ਦੇ ਤੇ ਸਮਝੌਤੇ ਤੇ ਆ ਕੇ ਬਹਿ ਜਾਣ, ਤੇ ਜਿਹੜੀ ਪਿਛਲੇ ਮਤਲਬ 78 ਤੋਂ ਇੱਕ ਪੰਜਾਬ ਜਿਹੜਾ 8 ਸਾਲਾਂ ਦੇ ਵਿੱਚ ਹਰ ਰੋਜ਼ ਤਿਲ ਤਿਲ ਕਰਕੇ ਮਰ ਰਿਹਾ, ਉਹਨੂੰ ਆਖਰੀ ਮੌਕੇ ਤੇ ਜਦ ਸਾਰੀ ਮਿਲਟਰੀ ਲਾ ਕੇ ਸਭ ਕੁਝ ਕਰਕੇ ਤਾਂ ਇੰਦਰਾ ਫਰੇਬ ਜਦ ਕਰ ਰਹੀ ਹੈ ਕਿ ਬਸ ਭਾਸ਼ਣ ਜਦ ਖਤਮ ਹੋਇਆ, ਜਦੇ ਹੀ ਗੜਬੜ ਵਾਲਾ ਇਲਾਕਾ ਪਹਿਲਾਂ ਹੀ ਕਰਾਰ ਦੇਤਾ ਸੀ, ਹੋਰ ਕਰਤੇ ਪੇਜ ਤੇ ਸਾਰੇ ਰੇਹੜਿਆਂ ਤੋਂ ਸਾਈਕਲਾਂ ਤੱਕ, ਪਿੰਡਾਂ ਤੋਂ ਬਾਹਰਲੇ ਖੱਤੇ ਤੱਕ ਨੀ ਕੋਈ ਆ ਸਕਦਾ, 2 ਮਹੀਨਿਆਂ ਦਾ ਸੈਂਸਰ ਲਾਤਾ, ਖ਼ਬਰ ਕੋਈ ਨੀ ਛੱਪ ਸਕਦੀ, ਜਿਹੜੀ ਅਖਬਾਰ ਨੇ ਜਿਹੜੇ ਪ੍ਰਕਾਸ਼ਨਾ ਠੱਪ ਹੋ ਗਈ, ਅਖਬਾਰ ਠੱਪ ਹੋ ਗਏ ਤੇ ਕੁਛ ਲਿਖ ਨੀ ਸਕਦੇ, ਗੱਡੀਆਂ ਠੱਪ ਹੋ ਗਈਆਂ, ਕਿਸੇ ਤੱਕ ਕੀ ਪਹੁੰਚਣਾ ਰੇਡੀਓ ਤੇ ਟੀਵੀ ਬਸ। ਤੇ 1 ਜੂਨ ਨੂੰ ਜਿਹੜੀ CRPF ਤੇ BSF ਨੇ ਜਿਹੜੀਆਂ ਗੋਲੀਆਂ ਸਾਰਾ ਦਿਨ ਚਲਾਈਆਂ ਚੈੱਕ ਕਰਨ ਨੂੰ, ਤੇ 2 ਤਰੀਕ ਰਾਤ ਨੂੰ ਅੱਜ ਜਿਹੜੀ ਹੈ ਅੱਜ ਦੇ ਉਹਨੇ ਸੰਦੇਸ਼ ਦਿੱਤਾ, 3 ਜੂਨ ਨੂੰ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ ਤੇ ਇਹਦੇ ਚ ਪਹਿਲਾਂ ਹੀ 500 ਦੇ ਕਰੀਬ ਜਿਹੜੇ ਵਰਕਰ ਆਏ ਸੀ ਗ੍ਰਿਫਤਾਰੀਆਂ ਦੇਣ ਲਈ, ਬੰਗਲਾਦੇਸ਼ੀ ਮੁਸਲਮਾਨ ਜਿਹੜੇ ਬੇਸਹਾਰਾ ਲੋਕ ਸੀ ਉਹ ਵੀ ਬਹੁਤ ਆਏ ਸੀ, ਤੇ ਬਾਕੀ ਸੈਂਕੜੇ ਹੀ ਕਰਮਚਾਰੀ ਸੀ SGPC ਦੇ ਜੋ ਜਿਹੜੇ ਵੀ ਅੰਦਰ ਰਹਿੰਦੇ ਸੀ। ਤੇ 3 ਜੂਨ ਦੀ ਸ਼ਾਮ ਨੂੰ ਫੌਜ ਨੇ ਦਰਬਾਰ ਸਾਹਿਬ ਦੇ ਵਿੱਚ CRPF ਤੇ BSF ਨੂੰ ਕੱਢ ਕੇ ਚੱਕ ਕੇ ਜਿਹੜਾ ਟੇਕ ਓਵਰ ਕਰਤਾ ਤੇ 36 ਘੰਟੇ ਦਾ ਜਿਹੜਾ ਸਖ਼ਤ ਕਰਫਿਊ ਲਾ ਦਿੱਤਾ ਵੀ ਕੋਈ ਅੰਦਰ ਨੀ ਕੋਈ ਬਾਹਰ। 3 ਜੂਨ ਦੀ ਜਾਂ ਰਾਤ ਹੋਈ ਹੈ ਤੇ ਜਾਂ ਸਾਰਿਆਂ ਮੋਰਚਿਆਂ ਤੇ ਬਿਹਾਰ ਰੈਜੀਮੈਂਟ ਨੇ ਤੇ 12ਵੀਂ ਬਟਾਲੀਅਨ ਨੇ ਜਿਹੜੀ ਇਕੱਠ, ਤੇ ਉਹਦੇ ਬਾਅਦ 4 ਜੂਨ ਦੀ ਅੰਮ੍ਰਿਤ ਵੇਲੇ ਜਿਹੜਾ ਉਹ ਹਮਲਾ ਹੋਇਆ, ਇਹਦੀਆਂ ਗੱਲਾਂ ਆਉਣ ਵਾਲੇ 2 ਦਿਨਾਂ ਚ ਕਰਾਂਗੇ। ਵਪਾਰਕ ਸੰਦੇਸ਼ ਵਾਪਸ ਆਉਣਾ ਕੋਸ਼ਿਸ਼ ਕੀਤੀ ਹੈ ਜੀ ਮੈਂ ਤੁਹਾਨੂੰ 20ਵੀਂ ਸਦੀ ਦਾ ਸਿੱਖ ਇਤਿਹਾਸ ਮਈ ਦੇ ਮਹੀਨੇ ਸੁਣਾਉਣ ਦੀ, ਕਿਉਂਕਿ ਤੁਸੀਂ ਆਪ ਚਸ਼ਮਦੀਦ ਨਹੀਂ ਹੁੰਦੇ, ਤੰਥ ਇਕੱਠੇ ਕਰਕੇ ਸੁਣਾਉਂਦੇ ਹੋ, ਬਹੁਤ ਚੀਜ਼ਾਂ ਰਹਿ ਗਈਆਂ ਹੋਣਗੀਆਂ, ਬਹੁਤ ਚੀਜ਼ਾਂ ਨੇ ਜਿਹੜੀਆਂ ਉਸ ਸਮੇਂ ਦੇ ਕੋਈ ਚਸ਼ਮਦੀਦ ਜਿਹੜੇ ਨੇੜੇ ਦੇ ਹੋਣਗੇ ਸਖ਼ਤ ਤੋਂ ਬਾਅਦ ਉਹਨਾਂ ਨੂੰ ਨਹੀਂ ਸੂਤ ਬੈਠੀਆਂ ਹੋਣਗੀਆਂ, ਇਹਦੇ ਲਈ ਮੈਂ ਕੁਛ ਨੀ ਕਹਿ ਸਕਦਾ ਆਪਣਾ ਆਪਣੀ ਭਾਵਨਾ ਕੋਈ ਚੀਜ਼ ਸੁਣਾਉਣ ਦੀ। ਤੇ ਪਰ ਕੋਸ਼ਿਸ਼ ਕੀਤੀ ਹੈ ਇੱਕ ਕਿਤਾਬ ਨੀ ਕਈ ਕਿਤਾਬਾਂ ਦੇ ਵਿੱਚੋਂ ਉਸਨੂੰ ਮੇਲ ਕੇ ਤੁਹਾਡੇ ਸਨਮੁੱਖ ਕਰਨ ਦੀ, ਕੱਲ ਨੂੰ ਤੇ ਪਰਸੋਂ ਨੂੰ ਦੋਨੇ ਦਿਨ ਆਪਾਂ 1-1 ਘੰਟਾ ਜਾਂ 1.25 ਘੰਟਾ ਬਹਿੰਦੇ ਹਾਂ ਸਾਰੇ ਇਸ ਤੀਸਰੇ ਘੱਲੂਘਾਰੇ ਦੇ ਬਾਰੇ ਗੱਲਬਾਤ, ਵੱਧ ਤੋਂ ਵੱਧ ਜਾਣਕਾਰੀ ਕਿ ਦਰਬਾਰ ਸਾਹਿਬ ਕੀ ਹੈ, ਸਿੱਖਾਂ ਲਈ ਉਹਦੀ ਜਗ੍ਹਾ ਕੀ ਹੈ, ਬਾਕੀ ਧਾਰਮਿਕ ਸਥਾਨਾਂ ਵਾਂਗੂ ਇਹ ਅਲੱਗ ਕਿਵੇਂ, ਤੇ ਇਹਦੀ ਰੱਖਿਆ ਕਿਵੇਂ ਹੁੰਦੀ ਰਹੀ ਕਦ ਤੋਂ 18ਵੀਂ ਸਦੀ ਤੋਂ ਲੈ ਕੇ ਧਾੜਵੀ ਆਉਂਦੇ ਰਹੇ, ਇਹਨੂੰ ਬਚਾਉਣ ਦੇ ਲਈ ਯੋਧੇ ਸਿਰ ਲੱਥ ਕਿਵੇਂ ਆਉਂਦੇ ਰਹੇ, ਸਾਰੀ ਗੱਲ ਕੱਲ ਨੂੰ ਸ਼ੁਰੂ ਕਰਾਂਗੇ ਤੇ ਤੁਹਾਨੂੰ ਤੁਸੀਂ ਵੀ ਨਾਲ ਅੱਧੇ ਘੰਟੇ ਦੀ ਆਖਰੀ ਸਮੇਂ ਚ ਤੁਸੀਂ ਵੀ ਸ਼ਾਮਿਲ ਹੋਣਾ। ਅਖੀਰ ਚ ਹਰਮਨ ਜੀਤ ਰਾਣੀ ਤੱਤ ਦਾ ਲਿਖਿਆ ਤੇ ਮਨਪ੍ਰੀਤ ਦਾ ਗਾਇਆ ਗੀਤ, ਰੱਬ ਰਾਖਾ ਚੜ੍ਹਦੀ ਕਲਾ।